ਜਸ ਪੰਜਾਬੀ ਦੇਖਦੇ ਹੋ ਇਸ ਸਾਡੇ ਦਸ਼ਕਾ ਨੂ ਮੇਰੇ ਪਿਆਰੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦੇ ਮੁੱਦਾ ਦੇ ਵਿੱਚ ਮੈਂ ਤੁਹਾਡੀ ਹੋਸਟ ਆਸ਼ਮਿਤਾ ਤੁਹਾਡੇ ਲਈ ਮੈਂ ਕੁਝ ਹੈਡਲਾਈਨਸ ਲੈ ਕੇ ਆਈਆਂ ਅੱਜ ਇੱਕ ਸਾਨੂੰ ਸਪੈਸ਼ਲ ਗੈਸਟ ਜੁਆਇਨ ਕਰ ਰਿਹਾ ਹੈ ਐਂਡ ਮੈਂ ਇੱਕ ਵੱਡੀ ਰਿਪੋਰਟ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਜੋ ਇਸ ਹਫਤੇ ਰਿਲੀਜ਼ ਹੋਈ ਸੀ ਬਟ ਬਿਫੋਰ ਥੈਟ ਲੈਟਸ ਗੈਟ ਸਟਾਰਟਿਡ ਕੁਝ ਆਪਾਂ ਕਹਿ ਸਕਦੇ ਹਾਂ ਪੋਜ਼ਿਟਿਵ ਨਿਊਜ਼ ਅੱਜ ਸੁਣਨ ਨੂੰ ਮਿਲੀ ਜਿੱਥੇ ਕਰੋਨਾ ਵਾਇਰਸ ਅ ਇਨੀ ਤੇਜ਼ੀ ਨਾਲ ਇੱਕ ਵਾਰੀ ਫਿਰ ਇਸ ਕੰਟਰੀ ਦੇ ਵਿੱਚ ਫੈਲ ਰਿਹਾ ਹੈ ਉਹਦੀ ਵੈਕਸੀਨ ਨੂੰ ਲੈ ਕੇ ਫਾਈਜ਼ਰ ਕੰਪਨੀ ਜਿਨ੍ਹਾਂ ਨੇ ਦੋ ਹਫ਼ਤੇ ਪਹਿਲੇ ਅਨਾਉਂਸ ਕੀਤਾ ਸੀ ਥੈਟ ਉਹਨਾਂ ਦੀ ਇੱਕ ਵੈਕਸੀਨ 90% ਅਫੈਕਟਿਵ ਹੈਗੀ ਇਸ ਮਹਾਮਾਰੀ ਨੂੰ ਰੋਕਣ ਲਈ ਲੋਕਾਂ ਨੂੰ ਵੈਕਸੀਨੇਟ ਕਰਨ ਲਈ ਇਹਦੇ ਖਿਲਾਫ ਉਹਨਾਂ ਨੇ ਅੱਜ ਅਨਾਉਂਸ ਕੀਤਾ ਥੈਟ ਐਕਚੁਅਲੀ ਹੋਰ ਡੇਟਾ ਨੇ ਹੋਰ ਸਟੱਡੀਜ਼ ਨੇ ਇਹ ਉਹਨਾਂ ਨੂੰ ਸਾਬਿਤ ਕੀਤਾ ਹੈ ਥੈਟ ਇਹ ਵੈਕਸੀਨ ਐਕਚੁਅਲੀ 95 ਸਰਕਸੈਸਫੁਲ ਹੈਗੀ ਐਂਡ ਇਨ ਫੈਕਟ ਫਾਈਜ਼ਰ ਨੇ ਅੱਜ ਹੈਲਥ ਰੈਗੂਲੇਟਰਸ ਨੂੰ ਅ ਅਮਰਜੈਂਸੀ ਯੂਸ ਕਲੀਅਰੈਂਸ ਲਈ ਰਿਕਵੈਸਟ ਪਾਈ ਹੈ ਸੋ ਵੀ ਕੈਨ ਐਕਸਪੈਕਟ ਕਿ ਆਉਣ ਵਾਲੇ 2 ਮਹੀਨੇ ਅਚ ਇਹ ਚੀਜ਼ ਪ੍ਰੋਡਕਸ਼ਨ ਤੇ ਡਿਸਟ੍ਰਿਬਿਊਸ਼ਨ ਵਾਲੇ ਪਾਸੇ ਜ਼ਰੂਰ ਵਧੂਗੀ ਦੀ ਅਦਰ ਬਿਗ ਨਿਊਜ਼ ਜੋ ਅੱਜ ਨਿਊਯਾਰਕ ਸਿਟੀ ਦੇ ਵਿੱਚ ਅਨਾਉਂਸ ਹੋਈ ਹੈ ਉਹ ਹੈਗੀ ਕਿ ਨਿਊਯਾਰਕ ਸਿਟੀ ਦੇ ਸਕੂਲ ਕੱਲ ਤੋਂ ਫੁੱਲੀ ਰਿਮੋਟ ਆਨਲਾਈਨ ਲਰਨਿੰਗ ਤੇ ਇੱਕ ਵਾਰੀ ਫਿਰ ਸ਼ਿਫਟ ਹੋਣਗੇ ਇਹ ਨਿਊਜ਼ ਮੈਂ ਤੁਹਾਨੂੰ ਕਿਉਂ ਦੱਸ ਰਹੀ ਹਾਂ ਨੇਸ਼ਨਵਾਈਡ ਕਿਉਂ ਇਹਦਾ ਰੈਲੇਵੈਂਸ ਹੈ ਕਿ ਬਿਕੋਜ਼ ਇੱਕ ਤਾਂ ਨਿਊਯਾਰਕ ਸਿਟੀ ਦਾ ਸਕੂਲ ਡਿਸਟ੍ਰਿਕਟ ਕੰਟਰੀ ਦਾ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਹੈਗਾ ਵਿਦ 1800 ਸਕੂਲਸ ਤੇ ਲਗਭਗ 2000 ਸਕੂਲਸ ਤੇ 1 ਮਿਲੀਅਨ ਤੋਂ ਵੱਧ ਬੱਚੇ ਇਸ ਡਿਸਟ੍ਰਿਕਟ ਵਿੱਚ ਹਨ ਜੋ ਮジョਰਿਟੀ ਆਪਾਂ ਕਹਿ ਸਕਦੇ ਆ ਮਾਈਨੋਰਿਟੀ ਕਮਿਊਨिटीज ਤੋਂ ਆਉਂਦੇ ਆ ਆਫਰੀਕਨ ਅਮਰੀਕਨ ਲਾਟੀਨੋ ਏਸ਼ੀਅਨ ਇਨ ਕਮਿਊਨिटीज ਤੋਂ ਮੋਸਟਲੀ ਸਟੂਡੈਂਟਸ ਨਿਊਯਾਰਕ ਸਿਟੀ ਦੇ ਸਕੂਲ ਡਿਸਟ੍ਰਿਕਟ ਵਿੱਚ ਹੈਗੇ ਸੋ ਇਹ ਕਲੋਜ਼ਰ ਇੱਕ ਆਪਾਂ ਕਹਿ ਸਕਦੇ ਆ ਕਨਸਰਨਿੰਗ ਸਾਈਨ ਹੈ ਥੈਟ ਜਿੱਥੇ ਪਿਛਲੇ 8 ਹਫ਼ਤਿਆਂ ਲਈ ਮੇਅਰ ਬਿਲ ਡੇ ਬਲਾਜ਼ੀਓ ਨੇ ਸਕੂਲਸ ਨੂੰ ਖੁੱਲੇ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਥੈਟ ਅੱਜ ਉਹਨਾਂ ਨੇ ਨੰਬਰਸ ਨੂੰ ਵੇਖ ਕੇ ਇਨਫੈਕਸ਼ਨ ਦੇ ਸਪਰੈਡ ਨੂੰ ਵੇਖ ਕੇ ਇੱਕ ਕਲੋਜ਼ਿੰਗ ਦਾ ਡਿਸੀਜਨ ਲਿੱਤਾ ਹੈ ਆਮ ਦੇਖ ਰਹੇ ਆ ਕਿ ਕਿਸ ਤਰ੍ਹਾਂ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਸਭ ਤੋਂ ਵੱਡਾ ਸਕੂਲ ਡਿਸਟ੍ਰਿਕਟ ਕੰਟਰੀ ਦਾ ਕੀ ਐਕਸ਼ਨਸ ਲੈਂਦੇ ਆ ਬਟ ਇੱਕ ਹੋਰ ਪੋਜ਼ਿਟਿਵ ਚੀਜ਼ ਕੋਰੋਨਾ ਵਾਇਰਸ ਦੀ ਨਿਊਜ਼ ਨੂੰ ਲੈ ਕੇ ਜੋ ਆਈ ਥਿੰਕ ਇੰਡੀਵਿਜੂਅਲ ਤੌਰ ਤੇ ਬਹੁਤ ਹੀ ਇੰਪੋਰਟੈਂਟ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਬੈਨੀਫੀਸ਼ੀਅਲ ਹੈਗੀ ਅੱਜ ਇੱਕ ਕੰਪਨੀ ਲੂਸੇਰਾ ਹੈਲਥ ਨੇ ਅਨਾਉਂਸ ਕੀਤਾ ਥੈਟ ਉਹਨਾਂ ਦਾ ਥਿਸ ਇਜ਼ ਦਾ ਫਰਸਟ ਐਟ ਹੋਮ ਕੋਵਿਡ ਟੈਸਟ ਅਵੇਲੇਬਲ ਹੋਏਗਾ ਇਹਨਾਂ ਨੇ ਐਫ ਡੀ ਏ ਤੋਂ ਜੋ ਕਿ ਯੂ ਐਸ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਹੈਗੀ ਉਹਨਾਂ ਤੋਂ ਇਮਰਜੈਂਸੀ ਯੂਸ ਅਪਰੂਵਲ ਰਿਕਵੈਸਟ ਕੀਤਾ ਹੈ ਤਾਂ ਕਿ ਇਸ ਟੈਸਟ ਨੂੰ ਲੋਕਾਂ ਦੇ ਕੋਲ ਇਹ ਪਹੁੰਚਾ ਸਕਣ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਇਹ ਨਿਊ ਸਿਰਫ ਅੱਜ ਹੀ ਅਨਾਉਂਸ ਹੋਈ ਹੈ ਸੋ ਇਹਦੇ ਵਿੱਚ ਕਾਫੀ ਹੋਰ ਇਨਫੋਰਮੇਸ਼ਨ ਦੀ ਹਲੇ ਲੋਡ ਹੈਗੀ ਬਟ ਇਹ ਟੈਸਟ ਪਹਿਲਾ ਟੈਸਟ ਇਹੋ ਜਿਹਾ ਹੈਗਾ ਜਿਹਦੀ ਵਿੱਚ ਤੁਹਾਨੂੰ ਲੈਬ ਦੀ ਲੋੜ ਨਹੀਂ ਹੋਏਗੀ ਮੀਨਿੰਗ ਜਿੱਥੇ ਤੁਸੀਂ ਅਗਰ ਹੁਣੇ ਕੋਵਿਡ ਦਾ ਟੈਸਟ ਕਰਾਉਂਦੇ ਹੋ ਤੁਹਾਡਾ ਟੈਸਟ ਲਿੱਤਾ ਜਾਂਦਾ ਹੈ ਤੇ ਉਹ ਜੋ ਤੁਹਾਡਾ ਸਵਾਬ ਹੈ ਉਹਨੂੰ ਕਿਸੇ ਲੈਬਰੇਟਰੀ ਵਿੱਚ ਸੈਂਡ ਕੀਤਾ ਜਾਂਦਾ ਹੈ ਤੇ ਉਸ ਲੈਬਰੇਟਰੀ ਤੋਂ ਜਦੋਂ ਵਾਪਸ ਆਉਂਦਾ ਤਦ ਤੁਹਾਨੂੰ ਰਿਜ਼ਲਟਸ ਦਾ ਪਤਾ ਲੱਗਦਾ ਏਸ ਨਵੇਂ ਟੈਸਟ ਨੂੰ ਤੁਸੀਂ ਕਹਿ ਲਓ ਪੂਰੀ ਤਰ੍ਹਾਂ ਤੁਹਾਡੇ ਕੋਲ ਐਟ ਹੋਮ ਤੁਸੀਂ ਸਕਦੇ ਹੋ ਲਗਭਗ 30 ਮਿੰਟ ਦੇ ਵਿੱਚ ਤੁਹਾਨੂੰ ਇਹ ਦੱਸ ਸਕਦਾ ਹੈ ਕਿ ਤੁਸੀਂ ਕੋਵਿਡ ਪੋਜ਼ਿਟਿਵ ਹੋ ਜਾਂ ਨਹੀਂ ਆਮ ਇਹਨੂੰ ਪ੍ਰਸਕ੍ਰਿਪਸ਼ਨ ਦੇ ਰਾਹੀਂ ਦਿੱਤਾ ਜਾਏਗਾ ਲਗਭਗ ਇਹਦੀ ਕੋਸ 50 ਟੂ 60 ਡਾਲਰਸ ਇਹਨਾਂ ਨੇ ਇਸ ਲਈ ਅਨਾਉਂਸ ਕੀਤੀ ਹੈ ਐਂਡ ਅਗਰ ਇਹਨਾਂ ਨੂੰ ਇਹ ਐਮਰਜੈਂਸੀ ਯੂਸ ਕਲੀਅਰੈਂਸ ਮਿਲ ਜਾਂਦੀ ਹੈ ਦੈਟ ਇਹ ਵੀ ਟੈਸਟ ਇੱਕ ਦੋ ਮਹੀਨਿਆਂ ਚ ਮਹੀਨੇ ਚ ਅਵੇਲੇਬਲ ਹੋ ਸਕਦਾ ਹੈ ਬਟ ਮੈਂ ਥੇ ਜ਼ਰੂਰ ਦੱਸਣਾ ਚਾਹੁੰਦੀ ਆ ਟੈਸਟਿੰਗ ਨੂੰ ਲੈ ਕੇ ਡਾਕਟਰ ਫਾਊਚੀ ਦੇ ਆਪਣੇ ਵਰਡਸ ਉਹਨਾਂ ਨੇ ਕੱਲ ਇੱਕ ਇੰਟਰਵਿਊ ਵਿੱਚ ਕਹੇ ਟੈਸਟਿੰਗ ਇੱਕ ਤੁਸੀਂ ਕਹਿ ਲਓ ਇੱਕ ਇਨਫਰਮੇਸ਼ਨ ਦੇ ਤੌਰ ਤੇ ਯੂਜ਼ ਹੋਣੀ ਚਾਹੀਦੀ ਹੈ ਤਾਂ ਕਿ ਤੁਸੀਂ ਗਾ ਇਸ ਚੀਜ਼ ਨੂੰ ਸਪਰੈਡ ਨਾ ਕਰੋ ਬਟ ਪ੍ਰिवेंशन ਦੇ ਤੌਰ ਤੇ ਦਾ ਬੈਸਟ ਥਿੰਗ ਇਜ਼ ਕਿ ਤੁਸੀਂ ਸੋਸ਼ਲੀ ਡਿਸਟੈਂਸ ਰੱਖੋ ਤੁਸੀਂ ਮਾਸਕਸ ਪਾਓ ਐਂਡ ਜਿੱਥੇ ਤੁਹਾਨੂੰ ਪਤਾ ਹੈ ਅਗਰ ਕਰਾਊਡ ਹੋਣਾ ਹੈ ਉੱਥੇ ਨਾ ਜਾਓ ਜਿੰਨਾ ਤੁਸੀਂ ਕਮ ਤੋਂ ਕਮ ਜਾ ਸਕਦੇ ਹੋ ਐਂਡ ਖਾਸ ਕਰਕੇ ਹੌਲੀਡੇ ਸੀਜ਼ਨ ਆ ਰਿਹਾ ਥੈਂਕਸਗਿਵਿੰਗ ਆਨ ਵਾਲੀ ਹੈ ਸੋਚੋ ਕਿ ਇਸ ਹੌਲੀਡੇ ਸੀਜ਼ਨ ਦੇ ਵਿੱਚ ਕਿੰਨਾ ਕੁ ਇੰਪੋਰਟੈਂਟ ਹੈ ਤੁਹਾਨੂੰ ਲੋਕਾਂ ਦੇ ਨਾਲ ਮਿਲਣਾ ਜੁਲਣਾ ਅਗਰ ਤੁਸੀਂ ਅਵੋਇਡ ਕਰ ਸਕਦੇ ਹੋ ਪਲੀਜ਼ ਅਵੋਇਡ ਕਰੋ ਬਿਕੋਜ਼ ਟੈਸਟਿੰਗ ਦੇ ਨਾਲ ਵੀ ਤੁਸੀਂ ਅੱਜ ਅਗਰ ਟੈਸਟ ਵਿੱਚ ਨੈਗੇਟਿਵ ਪਾਏ ਜਾਂਦੇ ਹੋ ਡਸਨਟ ਮੀਨ ਕਿ ਕੱਲ ਤੁਸੀਂ ਨੈਗੇਟਿਵ ਹੀ ਹੋਗੇ ਬਿਕੋਜ਼ ਕੋਵਿਡ ਦੇ ਸਿੰਪਟਮਸ ਜਿਸ ਤਰ੍ਹਾਂ ਸਾਨੂੰ ਹੁਣ ਪਤਾ ਹੈ ਅ ਦੋ ਹਫਤੇ ਲੱਗ ਸਕਦੇ ਆ ਤੁਹਾਨੂੰ ਸਿੰਪਟਮਸ ਦੇਖਣ ਲਈ ਸੋ ਅਗਰ ਤੁਸੀਂ ਅੱਜ 네ਗੇਟਿਵ ਹੋ ਡਸਨਟ ਮੀਨ ਕਿ ਤੁਹਾਡੇ ਅੰਦਰ ਵਾਇਰਸ ਨਹੀਂ ਹੈ ਤੁਸੀਂ ਕੱਲ ਟੈਸਟ ਲੈ ਕੇ ਕੱਲ ਪੋਜ਼ਿਟਿਵ ਨਹੀਂ ਹੋ ਸਕਦੇ ਪਰਸੋ ਨਹੀਂ ਹੋ ਸਕਦੇ ਸੋ ਟੈਸਟਿੰਗ ਇੱਕ ਪਿੱਛੇ ਦੇਖਣ ਦੀ ਆਪਾਂ ਕਹਿ ਸਕਦੇ ਆ ਜ਼ਰੀਆ ਹੈਗਾ ਫਾਰਵਰਡ ਥਿੰਕਿੰਗ ਲਈ ਤੁਹਾਨੂੰ ਉਹ ਸੇਫਟੀ ਮੈਜਰਸ ਫਿਰ ਵੀ ਅਪਣਾਣੇ ਪੈਣੇ ਆ ਜੋ ਸਾਨੂੰ ਹੈਲਥ ਗਾਈਡਲਾਈਨਸ ਦੱਸਦੀਆਂ ਸੀਡੀਸੀ WHO ਸਾਡੇ ਸਾਇੰਟਿਸਟ ਸਾਡੇ ਡਾਕਟਰ ਸਾਨੂੰ ਦੱਸਦੇ ਆ ਸੋ ਪਲੀਜ਼ ਉਹਨਾਂ ਨੂੰ ਫੋਲੋ ਕਰੋ ਬਟ ਕੋਵਿਡ ਨੂੰ ਛੱਡ ਕੇ ਇੱਕ ਬਹੁਤ ਹੀ ਵੱਡੀ ਰਿਪੋਰਟ ਇਸ ਵੇਲੇ ਇਸ ਹਫਤੇ ਰਿਲੀਜ਼ ਹੋਈ FBI ਦੇ ਵਨ ਮੰਡੇ ਨੂੰ ਉਹਨਾਂ ਨੇ ਆਪਣੀ ਤੁਸੀਂ ਕਹਿ ਲਓ ਐਨੀਅਲ ਹੇਟ ਕਰਾਈਮਸ ਦੀ ਰਿਪੋਰਟ ਰਿਲੀਜ਼ ਕੀਤੀ ਐਂਡ ਜੋ ਇਹਨਾਂ ਦੀ ਫਾਈਨਡਿੰਗ ਸੀਗੀ ਕੋਈ ਜ਼ਿਆਦਾ ਪੋਜ਼ਿਟਿਵ ਨਹੀਂ ਸੰਖਾਸ ਕਰਕੇ ਸਾਡੀ ਕਮਿਊਨਿਟੀ ਲਈ ਸਿੱਖਾਂ ਲਈ ਇਸ ਰਿਪੋਰਟ ਵਿੱਚ ਉਹਨਾਂ ਨੇ ਇਹ ਡਿਸਕਵਰ ਕੀਤਾ ਥੈਟ ਹੇਟ ਕਰਾਈਮਸ ਯੂਨਾਈਟਿਡ ਸਟੇਟਸ ਵਿੱਚ ਬਹੁਤ ਹੀ ਆਪਾਂ ਕਹਿ ਸਕਦੇ ਹਾਂ ਅਲਾਰਮਿੰਗ ਨੰਬਰ ਦੇ ਵਿੱਚ ਇਨਕਰੀਸ ਹੋ ਰਹੇ ਹਨ ਜਿੱਥੇ 2018 ਤੋਂ 2019 ਦੇ ਵਿੱਚ ਬਹੁਤ ਹੀ ਜ਼ਿਆਦਾ ਇਨਕਰੀਸ ਸੀਗਾ 2019 ਦੇ ਵਿੱਚ ਇੰਨਾ ਜ਼ਿਆਦਾ ਇਨਕਰੀਸ ਨਹੀਂ ਸੀ ਬਟ ਫਿਰ ਵੀ ਇਨਕਰੀਸ ਸੀਗਾ ਇਹਦੇ ਵਿੱਚ ਸਭ ਤੋਂ ਆਪਾਂ ਕਹਿ ਸਕਦੇ ਆ ਚਿੰਤਿਕ ਹੋਣ ਵਾਲੀ ਚੀਜ਼ ਇਹ ਹੈਗੀ ਕਿ ਇੱਕ ਤਾਂ ਇਹ ਜੋ ਹੇਟ ਕਰਾਈਮਸ ਇਨਕਰੀਸ ਹੋਏ ਹਨ ਇਨਾਂ ਦੀ ਸੇਵੈਰਿਟੀ ਮਤਲਬ ਇਹ ਕਿੰਨਾ ਕੁ ਡੈਮੇਜ ਇੱਕ ਬੰਦਾ ਦੂਜੇ ਤੇ ਕਰ ਰਿਹਾ ਕਿੰਨੇ ਵਾਇਲੈਂਟ ਹਨ ਉਹ ਚੀਜ਼ ਵਧੀ ਹੈ ਐਂ ਦੂਸਰੀ ਚੀਜ਼ ਜੋ ਸਾਡੇ ਲਈ ਬਹੁਤ ਹੀ ਜ਼ਿਆਦਾ ਮਾਇਨੇ ਰੱਖਣੀ ਚਾਹੀਦੀ ਹੈ ਉਹ ਇਹ ਹੈ ਕਿ ਇਹ ਹੇਟ ਕਰਾਈਮਸ ਡਿਸਪਰਪੋਰਸ਼ਨਟਲੀ ਸਿੱਖਾਂ ਨੂੰ ਇਫੈਕਟ ਕਰ ਰਿਹਾ ਹੈ ਮਤਲਬ ਸਾਡੀ ਕਮਿਊਨਿਟੀ ਦੇ ਵਿੱਚ ਇਨ ਜੋ ਓਵਰਆਲ ਨੰਬਰਸ ਹਨ ਉਸ ਤੋਂ ਵੀ ਵੱਧ ਨੰਬਰਸ ਇਨ ਹੇਟ ਕਰਾਈਮਸ ਦੇ ਪਾਏ ਜਾ ਰਹੇ ਸੋ ਅਪਾ ਕੀ ਕਰ ਸਕਦੇ ਹਾਂ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦਾ ਐਕਸ਼ਨ ਨੀਡਿਡ ਐ ਕਮਿਊਨਿਟੀ ਦੇ ਵੱਲੋਂ ਲਾ ਮੇਕਰਸ ਦੇ ਵੱਲੋਂ ਤੇ ਕੀ ਸੰਸਥਾ ਕੀ डिफरेंट ऑर्गेनाइजेशन ਇਸ ਚੀਜ਼ ਨੂੰ கரेक्ट ਕਰਨ ਲਈ ਅਡਰੈਸ ਕਰਨ ਲਈ ਕੀ ਕੰਮ ਕਰ ਰਹੀ ਹੈ ਤੁਸੀਂ ਕਿਸ ਤਰ੍ਹਾਂ ਉਸ ਚੀਜ਼ ਬਾਰੇ ਜਾਣਕਾਰ ਹੋ ਸਕਦੇ ਹੋ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਹੋ ਇਹਦੀ ਹੀ ਗੱਲ ਅੱਜ ਹੋਏਗੀ ਤੇ ਇਹਦੇ ਲਈ ਮੇਰੇ ਕੋ ਮੇਰੇ ਨਾਲ ਇੱਕ ਬਹੁਤ ਹੀ ਵਧੀਆ ਗੈਸਟ ਜੁੜੇ ਹਨ ਬੜੀ ਥੋੜੀ ਜਿਹੀ ਬ੍ਰੇਕ ਲਈ ਰੁਕਦੇ ਹਾਂ ਤੁਸੀਂ ਕਿਤੇ ਨਾ ਜਾਓ ਕਨਵਰਸੇਸ਼ਨ ਚੱਲ ਰਹੀ ਹੈਗੀ ਬ੍ਰੇਕ ਤੋਂ ਬਾਅਦ ਵਕਤ ਬਾਦ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਗੱਲ ਹੋ ਰਹੀ ਹੈ ਕਿ FBI ਦੀ ਐਨੀਅਲ ਰਿਪੋਰਟ ਹੇਟ ਕਰਾਈਮਸ ਨੂੰ ਲੈ ਕੇ ਜੋ ਮੰਡੇ ਨੂੰ ਰਿਲੀਜ਼ ਹੋਈ ਹੈ ਉਹਦੇ ਸਭ ਤੋਂ ਆਪਾਂ ਕਹਿ ਸਕਦੇ ਆ ਵੱਡੇ ਕੀ ਫਾਈਨਡਿੰਗ ਸੀਗੀ ਤੇ ਇਹ ਸਾਡੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਇੰਪੈਕਟ ਕਰਦੀ ਹੈ ਸਾਡੀ ਕਮਿਊਨਿਟੀ ਇਹਦੇ ਨਾਲ ਕਿਸ ਤਰ੍ਹਾਂ ਅਫੈਕਟ ਹੋਈ ਹੈ ਹੇਟ ਕਰਾਈਮਜ਼ ਦੇ ਵਿੱਚ ਕੀ ਡੇਟਾ ਸਾਨੂੰ ਦੱਸਦਾ ਹੈ ਕਿ 2019 ਦੇ ਵਿੱਚ ਕਿਸ ਤਰ੍ਹਾਂ ਇਹ ਹੇਟ ਕਰਾਈਮਜ਼ ਇਨਕਰੀਸ ਹੋਏ ਹਨ ਕਿਸ ਤਰ੍ਹਾਂ ਇਹ ਜਿਆਦਾ ਵਾਇਲੈਂਟ ਹੋਏ ਹਨ ਐਂਡ ਕਿਸ ਤਰ੍ਹਾਂ ਇਹ ਡਿਸਪਰਪੋਰਸ਼ਨਟਲੀ ਸਿੱਖਾਂ ਨੂੰ ਅਫੈਕਟ ਕਰਦੇ ਤੇ ਇਹਦੇ ਬਾਰੇ ਸਾਨੂੰ ਹੋਰ ਜਾਣਕਾਰੀ ਹੋਰ ਆਪਾਂ ਕਹਿ ਸਕਦੇ ਆ ਕੰਟੈਕਸਟ ਦੇਣ ਲਈ ਸਾਨੂੰ ਜੁਆਇਨ ਕਰੇ ਸਾਡੇ ਗੈਸਟ ਨਾਈਟ ਪਲੀਜ਼ ਜੁਆਇਨ ਮੀ ਇਨ ਵੈਲਕਮਿੰਗ ਮਿਸ ਅਸੀ ਕੋਰ ਜੋ ਕਿ ਸਿੱਖ ਕੋਲੀਸ਼ਨ ਸੰਸਦ ਦੇ ਨਾਲ ਲੀਗਲ ਕਲੈਂਟ ਐਂਡ ਕਮਿਊਨਿਟੀ ਸਰਵਿਸਿਜ਼ ਮੈਨੇਜਰ ਹਨ ਅਸੀਂ ਸੀਐਸਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬੜੀ ਫਿਰ ਸਵਾਗਤ ਸਸਟੇਕਾਰ ਅਸ਼ੀਕਾ ਲਸ਼ਮੀਨਾ थैंक यू सो मच गुड टू हैव यू सीसीजी ਤੁਸੀਂ ਪਹਿਲੇ ਵੀ ਸਾਡੇ ਨਾਲ ਜੁੜ ਚੁੱਕੇ ਹੋ ਸਿਕ ਕੋਲੀਸ਼ਨ ਦੀ ਟੀਮ ਮੈਂਬਰਸ ਵਕ ਵਕ ਤੁਹਾਡੇ ਮੈਂਬਰਸ ਸਾਡੇ ਨਾਲ ਜੁੜਦੇ ਰਹਿੰਦੇ ਸੋ थैंक यू अगेन फॉर ਕਮਿੰਗ ਇਹ ਆਪਾਂ ਕਹਿ ਸਕਦੇ ਹਾਂ ਬਹੁਤ ਹੀ ਇੰਪੋਰਟੈਂਟ ਆ ਟੌਪਿਕ ਹੈਗਾ ਜੋ ਆਪਾਂ ਅੱਜ ਡਿਸਕਸ ਕਰਨ ਜਾ ਰਹੇ ਹਾਂ ਖਾਸ ਕਰਕੇ ਆਮ ਗਲੈਡ ਕਿ ਤੁਸੀਂ ਸਾਡੇ ਨਾਲ ਇਸ ਚੀਜ਼ ਤੇ ਥੋੜੀ ਜੀ ਇਨਫੋਰਮੇਸ਼ਨ ਸ਼ੇਅਰ ਕਰਨ ਲਈ ਜੁੜੇ ਹੋ ਬਿਕੋਜ਼ ਤੁਹਾਡੀ ਆਪਣੀ ਪਰਸਨਲ ਸਟੋਰੀ ਆ ਆ ਰਿਮੈਂਬਰ ਜਦ ਤੁਸੀਂ ਆਈਸੀ ਤੁਸੀਂ ਆਪਣੀ ਹਾਈ ਸਕੂਲ ਐਕਸਪੀਰੀਅੰਸ ਆਪਣੇ ਛੋਟੇ ਤੁਹਾਡੇ ਬ੍ਰਦਰ ਦੇ ਬੁਲੀਇੰਗ ਐਕਸਪੀਰੀਅੰਸ ਬਾਰੇ ਸਾਨੂੰ ਦੱਸਿਆ ਸੀ ਸਾਡੇ ਕਾਲਰਸ ਲਿਟਰਲੀ ਦੇ ਵਰ ਇਨ ਟੀਅਰਸ ਇਨ ਯੂ ਇਮੋਸ਼ਨਲ ਮੂਵਿੰਗ ਸਟੋਰੀ ਸੀਗੀ ਅਸੀਸ ਜੀ ਸਭ ਤੋਂ ਪਹਿਲੇ ਤਾਂ ਮੈਂ ਤੁਹਾਡੇ ਤੋਂ ਇੱਕ ਇਹ ਸਵਾਲ ਪੁੱਛਣਾ ਹੈ ਬਿਫੋਰ ਵੀ ਗੈਟ ਇਨਟੂ ਦ ਰਿਪੋਰਟ ਇਟਸੈਲਫ ਅਮ ਇਹ ਜੋ ਹੇਟ ਕ੍ਰਾਈਮਸ ਇਹ ਬੁਲੀਇੰਗ ਹੋ ਰਹੀ ਹੈ ਯੂ نو ਸਾਨੂੰ ਲੱਗਦਾ ਕਿ ਆਪਾਂ 2020 ਵਿੱਚ ਰਹਿ ਰਹੇ ਹਾਂ ਸਾਡੀ ਪਛਾਣ ਹੈਗੀ ਯੂਨਾਈਟਿਡ ਸਟੇਟਸ ਦੇ ਵਿੱਚ ਯੂ نو ਸਾਡੀ ਕਮਿਊਨਿਟੀ ਬਾਰੇ ਵੱਡੇ ਵੱਡੇ ਆਰਟੀਕਲਸ ਲਿਖੇ ਜਾਂਦੇ ਨਿਊਯਾਰਕ ਟਾਈਮਸ ਐਂਡ ਇਹ ਯੂ نو ਮੀਡੀਆ ਦੇ ਵਿੱਚ ਕਿ ਸਾਨੂੰ ਸੋ ਸੀਜ਼ ਦਾ ਇਨਾ ਇੰਪੈਕਟ ਨਹੀਂ ਹੋ ਰਿਹਾ ਬਟ ਰਿਪੋਰਟ ਕੁਝ ਹੋਰ ਦੱਸਦੀ ਹੈ ਰਾਈਟ ਸੋ ਪਰਸਨਲ ਤੌਰ ਤੇ ਕੈਨ ਯੂ ਟੈਲ ਅਸ ਕਿ ਹੇਟ ਕਰਾਈਮਸ ਬੁੱਲੀਇੰਗ ਕਿੰਨੀ ਵੱਡੇ ਲੈਵਲ ਤੇ ਹਲੇ ਵੀ ਪ੍ਰੈਜ਼ੈਂਟ ਹੈਗੀ ਯੂਨਾਈਟਿਡ ਸਟੇਟਸ ਦੇ ਵਿੱਚ ਅਸੀਂ ਸਾਰੇ ਯੂ نو ਆਏ ਦੇਖਦੇ ਆਂ ਵੀ ਸਾਨੂੰ ਸਾਰਿਆਂ ਨੂੰ ਸਟੋਰੀਜ਼ ਪਤਾ ਲੱਗਦੀਆਂ ਰਹਿੰਦੀਆਂ ਨੇ ਆਪਣੇ ਕਮਿਊਨਿਟੀ ਵਿੱਚ ਵੀ ਕਿਹਦੇ ਨਾਲ ਕੀ ਹੋਇਆ ਯੂ نو ਕੋਈ ਤੁਰ ਕੇ ਜਾ ਰਿਹਾ ਸੀ ਸਟੋਰ ਤੇ ਤੇ ਉਹਨਾਂ ਦੇ ਨਾਲ ਕੀ ਹੋਇਆ ਕਿਸੇ ਨੇ ਗੱਡੀ ਨਾਲ ਕੁਛ ਕੀਤਾ ਜਾਂ ਕਿਸੇ ਨੇ ਮੂੰਹੋਂ ਕੁਛ ਕਿਹਾ ਜਾਂ ਸਾਨੂੰ ਪਤਾ ਵੀ ਬੱਚਿਆਂ ਦੇ ਨਾਲ ਵੀ ਕੀ ਹੁੰਦਾ ਭਾਵੇਂ ਫੈਮਲੀਆਂ ਐਕਸ਼ਨ ਲੈਂਡ ਜਾਂ ਨਾਲ ਲੈਂਡ ਰਾਈਟ ਇੱਕ ਦੂਜੇ ਨੂੰ ਤੁਸੀਂ ਗੁਰਦੁਆਰਿਆਂ ਜਾਓ ਕਿੱਥੇ ਹੋਰ ਜਾਓ ਉੱਤੇ ਸਾਨੂੰ ਪਤਾ ਲੱਗਦਾ ਰਹਿੰਦਾ ਵੀ ਕੀ ਹੋ ਰਿਹਾ ਤੇ ਜਿਹੜਾ ਸਾਨੂੰ ਆਪ ਯੂ نو ਇੰਡੀਵਿਜੂਅਲ ਲੈਵਲ ਤੇ ਅਸੀਂ ਡਾਟਾ ਕਲੈਕਟ ਕਰਦੇ ਐਥੋਂ ਤੇ ਸਾਨੂੰ ਆਏ ਪਤਾ ਲੱਗਦਾ ਵੀ ਅੱਜੇ ਜਿਹੜਾ ਰੂਟ ਪ੍ਰੋਬਲਮ ਹੈਗੀ ਐ ਉਹ ਜਸ ਸੌਲਵ ਨਹੀਂ ਹੋਈ ਤੇ ਜਿੱਦਾਂ ਦੇ ਸਾਨੂੰ ਨੰਬਰ ਮਿਲਨੇ ਚਾਹੀਦੇ ਨੇ ਉਹ ਜੇ ਸਾਨੂੰ ਮਿਲ ਨਹੀਂ ਰਹੇ right ਸਾਨੂੰ ਡੈਫੀਨਟਲੀ ਥੋੜੀ ਬਹੁਤ ਹੀ ਖੁਸ਼ੀ ਹੁੰਦੀ ਜਦੋਂ ਆਪਾਂ ਜਦੋਂ ਸਾਨੂੰ ਇੱਕ ਬਾਹਰੋਂ ਦੇਖਣ ਚ ਲੱਗਦਾ ਵੀ ਹਾਂ ਮੇਬੀ ਪ੍ਰੋਬਲਮ ਘਟ ਰਹੀ ਆ ਪਰ ਜਦੋਂ ਤੁਸੀਂ ਜਿੱਦਾਂ ਤੁਸੀਂ ਕਿਆ ਵੀ ਕੰਟੈਕਸਟ ਦੇ ਨਾਲ ਸਾਰਾ ਕੁਝ ਫੁੱਲ ਪਿਕਚਰ ਕਰਕੇ ਦੇਖੋ ਤਾਂ ਫਿਰ ਸਾਨੂੰ ਯੂ نو ਵੀ ਟੇਕ ਅਨਦਰ ਸਟੈਪ ਬੈਕ ਫਿਰ ਸਾਨੂੰ ਲੱਗਦਾ ਓਕੇ ਅਜੇ ਵੀ ਸਾਡਾ ਅੱਗੇ ਕੰਮ ਕਰਨ ਵਾਲਾ ਪਿਆ ਬਿਕਲ ਅਜੇ ਵੀ ਕਾਫੀ ਫੈਮਲੀਆਂ ਨਾਲ ਕਾਫੀ ਬੱਚਿਆਂ ਨਾਲ ਲੱਦਣ ਦੇ ਹਾਲੇ ਹੋ ਰਹੇ ਨੇ ਜੀ ਬਿਲਕੁਲ ਐਂਡ ਆਈ ਥਿੰਕ ਆਮ ਅਗਰ ਆਪਾਂ ਇਸ ਰਿਪੋਰਟ ਨੂੰ ਵੀ ਇੱਕ ਪਾਸੇ ਰੱਖ ਕੇ ਜਸਟ ਐਸ ਅ ਮੈਟਰ ਆਫ ਜਿਸ ਤਰ੍ਹਾਂ ਤੁਸੀਂ ਕਿਹਾ ਜੋ ਸਾਡੀ ਕਮਿਊਨਿਟੀ ਵਿੱਚ ਚੀਜ਼ਾਂ ਆਪਾਂ ਸ਼ੇਅਰ ਕਰਦੇ ਆ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਖੁਦ ਆ ਕੇ ਸਾਨੂੰ ਕਿੰਨੇ ਸਾਰੇ ਇਨਸੀਡੈਂਟਸ ਬਾਰੇ ਦੱਸਿਆ ਵਕ ਹੋਰ ਸੰਸਥਾਵਾਂ ਨੇ ਆ ਕੇ ਸਾਨੂੰ ਦੱਸਿਆ ਕੈਲੀਫੋਰਨੀਆ ਕੋਲੋਰਡੋ ਅਰੀਜ਼ੋਨਾ ਇਹ ਤਾਂ ਤਿੰਨ ਸਟੇਟਾ ਟਾਪ ਆਫ ਮਾਈਂਡ ਮੈਂ ਅਕਾਊਂਟ ਕਰ ਸਕਦੀ ਆ ਜਿਨ੍ਹਾਂ ਦੇ ਵਿੱਚ ਰੀਸੈਂਟਲੀ ਕੁਝ ਮਹੀਨੇ ਪਹਿਲੇ ਹੀ ਨਾ ਕਿ ਸਿਰਫ ਵੱਡੇ ਲੈਵਲ ਤੇ ਅਟੈਕਸ ਹੇਟ ਕਰਾਈਮਸ ਹੋਏ ਹਨ ਆਮ ਜਾਨਲੇਵੇ ਹਮਲੇ ਹੋਏ ਹਨ ਜਿਸ ਤਰ੍ਹਾਂ ਕੈਲੀਫੋਰਨੀਆ ਦੇ ਵਿੱਚ ਹੋਏ ਰੀਸੈਂਟਲੀ ਐਂਡ ਜੋ ਸਭ ਤੋਂ ਡਿਸਟਰਬਿੰਗ ਚੀਜ਼ ਹੈਗੀ ਸਭ ਤੋਂ ਆਪਾਂ ਕਹਿ ਸਕਦੇ ਹਾਂ ਸਾਡੇ ਲਈ ਵਰੀਸਮ ਚੀਜ਼ ਹੋਣੀ ਚਾਹੀਦੀ ਹੈ ਉਹ ਇਹ ਹੈਗੀ ਕਿ ਇਨ ਕਰਾਈਮਸ ਦੇ ਵਿੱਚ ਜਿੱਥੇ ਐਵਿਡੈਂਸ ਸਬੂਤ ਦੱਸਦਾ ਹੈ ਕਿ ਇੱਕ ਅਟੈਕਰ ਨੇ ਬੰਦੇ ਨੂੰ ਕੋਈ ਗੰਦੀ ਸਲਰ ਕੇ ਗੋ ਬੈਕ ਟੂ ਯੂਅਰ ਕੰਟਰੀ অর ਯੂਅਰ ਓਲਡ ਮੁਸਲਿਮ ਮੈਨ অর ਯੂਅਰ ਦਿਸ অর ਓਲਡ ਅਰਬ অর ਜਿੱਦਾ ਵੀ ਕਹਿ ਕੇ ਆ ਕੁਝ ਉਹਨਾਂ ਦੇ ਬਾਰੇ ਇਸ ਤਰ੍ਹਾਂ ਲਿਖਿਆ ਹੈ ਜਾਂ ਕਿਹਾ ਉਹਨਾਂ ਨੂੰ ਉਹਦੇ باوجود ਵੀ ਲੋਕਲ ਅਥਾਰਟिटीज ਨੂੰ ਪੁਸ਼ ਕਰਨਾ ਪਿਆ ਇੱਕ ਹੇਟ ਕਰਾਇਮ ਦੀ ਡੈਜ਼ਿਗਨੇਸ਼ਨ ਦੇਣ ਲਈ ਸੋ ਜਿੱਥੇ ਇਹ ਨੈਸ਼ਨਲ ਲੈਵਲ ਦੀ ਗੱਲ ਆਉਂਦੀ ਹੈ ਰਾਈਟ ਵੀ نو ਕਿ ਯੂਨਾਈਟਿਡ ਸਟੇਟਸ ਦੇ ਵਿੱਚ ਵੱਖ-ਵੱਖ ਸਟੇਟ ਦੇ ਵਿੱਚ ਵੱਖ-ਵੱਖ ਲਾਜ਼ ਹਨ ਬਟ ਕੰਟਰੀ ਦੇ ਵਿੱਚ ਇਹੋ ਜਿਹੇ ਏਰੀਆਜ਼ ਹਨ ਜਿੱਥੇ ਤਾਂ ਹੇਟ ਕਰਾਇਮਸ ਵੀ ਰੈਕਗਨਾਈਜ਼ ਨਹੀਂ ਹੁੰਦੇ ਉਹਨਾਂ ਦਾ ਕੋਈ ਦਰਜਾ ਹੀ ਨਹੀਂ ਹੈਗਾ ਇਹਨਾਂ ਦੇ ਬਾਰੇ ਸਾਨੂੰ ਦੱਸੋ ਹਾਂਜੀ ਅਜੇ ਵੀ ਸਟੇਟਸ ਹੈਗੀਆਂ ਨੇ ਜਿਨ੍ਹਾਂ ਜਿੰਨਾਂ ਕੋਲ ਮਤਲਬ ਕੈਲੋ ਵੀ ਉਹਨਾਂ ਦੇ ਬੁੱਕਸ ਤੇ ਕੋਈ ਲਾਜ਼ ਨਹੀਂ ਹੈਗੇ ਹੇਟ ਕਰਾਈਮ ਬਾਰੇ ਤੇ that is you know ਉਹ ਵੀ ਸਾਡਾ ਕੰਮ ਹੈਗਾ ਸਟੇਟ ਲੈਵਲ ਤੇ ਰਾਈਟ ਸੋ ਅਸੀਂ ਫੈਡਰਲ ਲੈਵਲ ਤੇ ਵੀ ਕੰਮ ਕਰਦੇ ਆ ਤੇ ਉਹਦੇ ਬਾਰੇ ਯੂਨੀਵਰਸਿਟੀ ਥੋੜੀ ਦੇਰ ਚ ਗੱਲ ਕਰਾਂਗੇ ਤੇ ਸਟੇਟ ਲੈਵਲ ਤੇ ਵੀ ਅਸੀਂ ਕੰਮ ਕਰਦੇ ਆ ਸੋ ਸਾਨੂੰ ਪਤਾ ਹੈ ਜੇ ਆਰਕੈਂਸਾ ਇੱਕ ਸਟੇਟ ਹੈ ਜਿੱਦਾ ਕੋਈ ਹੇਟ ਕਰਾਈਮ ਲਾਅ ਨਹੀਂ ਹੈਗਾ ਸਾਊਥ ਕੈਰੋਲਾਈਨਾ environment ਅਜੇ 8 ਸਟੇਟਾਂ ਹੈਗੀਆਂ ਨੇ ਜਿੰਨਾਂ ਦਾ ਕੁਝ ਵੀ ਨਹੀਂ ਹੈਗਾ ਹੇਟ ਕਰਾਇਮ ਦੇ ਬਾਰੇ ਲਾ ਤੇ ਹੋਰ ਸਟੇਟਸ ਹੈਗੀਆਂ ਨੇ ਜਿੰਨਾਂ ਦੇ ਮੇਬੀ ਯੂ نو ਵਧੀਆ ਨਹੀਂ ਹੈ ਸਟਰੋਂਗ ਨਹੀਂ ਹੈ ਪੂਰੀ ਤਰ੍ਹਾਂ ਇਨਕਲੂਸਿਵ ਨਹੀਂ ਹੈ ਜャ ਯੂ نو ਚੰਗੀ ਤਰ੍ਹਾਂ ਡਿਸਕ੍ਰਾਈਬ ਨਹੀਂ ਕੀਤਾ ਵੀ ਐਕਚੁਅਲੀ ਵਿੱਚ ਕੀ ਇਨਵੋਲਵਡ ਹੈ ਕੀ ਐਵਿਡੈਂਸ ਹੈ ਕਿਦਾਂ ਦੇ ਸਾਈਨਸ ਨੂੰ ਤੁਸੀਂ ਲੱਭਦੇ ਹੋ ਬਟ ਅਮ ਯੂ ਆਰ ਰਾਈਟ ਕਿ ਜੇ ਕਾਫੀ ਜਗ੍ਹਾ ਤੇ ਪ੍ਰੋਪਰਲੀ ਇਨਵੈਸਟੀਗੇਟ ਨਹੀਂ ਕਰ ਹੁੰਦਾ ਹੈਟ ਕ੍ਰਾਈਮ ਅਸੀਸ ਜੀ ਵਾਂਸ ਅਗੇਨ ਬਿਫੋਰ ਵੀ ਗੈਟ ਟੂ ਕਿ ਕੀ ਆਪਾਂ ਕਰ ਰਹੇ ਆ ਕੀ ਕਰਨਾ ਚਾਹੀਦਾ ਹੈ ਆਈ ਵਾਂਟ ਯੂ ਟੂ ਸਾਡੇ ਵਿਊਅਰਸ ਦੇ ਬੈਨੀਫਿਟ ਲਈ ਦੱਸੋ ਸਾਨੂੰ ਕਿ ਇੱਕ ਹੇਟ ਕ੍ਰਾਈਮ ਦਾ ਦਰਜਾ ਇੱਕ 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 ਕਲਾਸੀਫਿਕੇਸ਼ਨ ਰੈਕਗਨੀਸ਼ਨ ਰਾਈਟ ਲਾ ਇਨਫੋਰਸਮੈਂਟ ਵੱਲੋਂ ਤੁਹਾਡੀ ਪੁਲਿਸ ਲੋਕਲ ਡਿਪਾਰਟਮੈਂਟਸ ਸ਼ੈਰਫਸ ਡਿਪਾਰਟਮੈਂਟ ਆਮ ਉਹਨਾਂ ਦੇ ਵੱਲੋਂ ਇਸ ਚੀਜ਼ ਦੀ ਰੈਕਗਨੀਸ਼ਨ ਪਛਾਣ ਕਿ ਇਹ ਹੇਟ ਕ੍ਰਾਈਮ ਹੈਗਾ ਕੀ ਮਾਇਨੇ ਰੱਖਦਾ ਹੈ ਖਾਸ ਕਰਕੇ ਸਾਡੇ ਸਿੱਖਾਂ ਲਈ ਆ ਇਸ ਚੀਜ਼ ਨੂੰ ਅੱਗੇ ਰੋਕਣ ਲਈ ਸੋ ਇਹਦਾ ਇਹਦਾ ਮੈਨਾ ਆ ਹੁੰਦਾ ਵੀ ਵੇ ਤੁਸੀਂ ਕਿਸੇ ਨਾਲ ਇਦਾਂ ਕੀਤਾ ਤਾਂ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਉਂ ਕੀਤਾ ਤੇ ਭਾਵੇਂ ਸੈਂਟੈਂਸਿੰਗ ਵਿੱਚ ਫਰਕ ਪਵੇ ਨਾ ਪਵੇ ਰਾਈਟ ਆਫ ਕੋਰਸ ਜੇ ਕੈਲੋ ਮਰਡਰ ਦਾ ਚਾਰਜ ਹੈ ਜਾਂ ਕੋਈ ਹੋਰ ਵਾਇਲੈਂਟ ਕ੍ਰਾਈਮ ਦਾ ਚਾਰਜ ਹੈ ਉਹਦੀ ਪਨਿਸ਼ਮੈਂਟ ਹਾਰਸ਼ਰ ਹੋਏਗੀ ਹਾਂ ਮੈਨੂੰ ਕੈਲੋ ਬਿਸ ਜਿਸ ਸਿਰਫ ਤੁਸੀਂ ਕਿਸੇ ਨੂੰ ਇੰਟੀਮੀਡੇਟ ਕਰ ਰਹੇ ਹੋ ਜਾਣ ਕੇ ਜਾਂ ਹੇਟ ਕ੍ਰਾਈਮ ਹੈ ਉਹ ਪਾਵੇ ਇਨੋ ਸੈਂਟੈਂਸਿੰਗ ਨੂੰ ਸਾਈਡ ਤੇ ਰੱਖ ਕੇ ਇਹਦਾ ਜ਼ਿਆਦਾ मीनिंग ਆ ਹੁੰਦਾ ਵੀ ਕਿ ਤਾਂ ਸਾਡੇ ਜਿਨ੍ਹਾਂ ਨਾਲ ਇਦਾਂ ਹੋਇਆ ਹੁੰਦਾ ਜਿਹੜੇ ਸਰਵਾਈਵਰਸ ਨੇ ਉਹਨਾਂ ਨੂੰ ਪਤਾ ਲੱਗਦਾ ਵੀ ਹਾਂਜੀ ਕਿਸੇ ਨੇ ਧਿਆਨ ਦਿੱਤਾ ਤੇ ਦੇਖਿਆ ਵੀ ਮੇਰੇ ਨਾਲ ਅੱਦਾਂ ਕਿਉਂ ਹੋਇਆ ਵੀ ਇਹ ਸਿਰਫ ਕੋਈ ਚੋਰੀ ਨਹੀਂ ਸੀ ਰਾਈਟ ਇਹ ਸਿਰਫ ਕੋਈ ਹੋਰ ਐਨੀ ਅਦਰ ਕੈਰੀਕਟਕ ਰੈਂਡਮ ਅਟੈਕ ਹਾਂਜੀ ਯਾ ਤੇ ਜਦੋਂ ਫਿਰ ਪੁਲਿਸ ਰੈਕਗਨਾਈਜ਼ ਕਰਦੀ ਆ ਜਦੋਂ ਡੀਏ ਦੇ ਆਫਿਸ ਇਹ ਸਾਰੇ ਅਥਾਰਟिटीज ਰੈਕਗਨਾਈਜ਼ ਕਰਦੇ ਨੇ ਅੱਦਾਂ ਕਿਉਂ ਹੋਇਆ ਤਾਂ ਫਿਰ ਸਾਨੂੰ ਪਤਾ ਲੱਗਦਾ ਵੀ ਕਿਸ ਕਮਿਊਨਿਟੀ ਵਿੱਚ ਕਿਹੜੀਆਂ ਟ੍ਰੇਨਿੰਗ ਜਾਂ ਕਿਹੜੇ ਰਿਸੋਰਸਸ ਕਿਦਾਂ ਦੇ ਫੰਡਿੰਗ ਦੀ ਲੋੜ ਹੈਗੀ ਆ ਤਾਂਕਿ ਇਦਾਂ ਦੇ ਇਸ਼ੂਜ਼ ਹੋਣੇ ਨਾ ਤੇ ਜੇਕਰ ਯੂ نو ਇਹ ਗੱਲਾਂ ਰਿਪੋਰਟ ਨਾ ਹੋਣ ਕਿਸੇ ਨੂੰ ਪਤਾ ਨਾ ਲੱਗੇ ਤਾਂ ਆਪਾਂ ਪ੍ਰੋਬਲਮ ਨੂੰ ਨਹੀਂ ਦੇਖ ਸਕਦੇ ਤੇ ਜਦ ਤੱਕ ਆਪਾ ਪ੍ਰੋਬਲਮ ਨੂੰ ਨਹੀਂ ਦੇਖ ਸਕਦੇ ਆਪਾਂ ਨੂੰ ਸੁਲਝਾ ਵੀ ਨਹੀਂ ਸਕਦੇ ਜੀ ਬਿਲਕੁਲ ਐਬਸੋਲੂਟਲੀ ਐਂਡ ਜਿੱਥੇ ਸੁਝਾਅ ਦੀ ਗੱਲ ਆਉਂਦੀ ਹੈ ਜ਼ਰੂਰ ਆਮ ਮੈਂ ਤੁਹਾਡੇ ਨਾਲ ਡਿਸਕਸ਼ਨ ਕਰਨਾ ਚਾਹੁੰਦੀ ਆ ਕਿ ਕਿਸ ਤਰ੍ਹਾਂ ਸਭ ਤੋਂ ਪਹਿਲੇ ਆਈ ਥਿੰਕ ਤੁਸੀਂ ਫੰਡਿੰਗ ਦੀ ਮੈਂਸ਼ਨ ਕੀਤੀ ਹੈ ਫੰਡਿੰਗ ਇੱਕ ਸਟੇਟ ਜਾਂ ਇੱਕ ਕਾਉਂਟੀ ਲੈਵਲ ਤੇ ਡਿਸਟ੍ਰਿਬਿਊਟ ਹੋਏ ਉਸ ਤੋਂ ਪਹਿਲੇ ਕੁਝ ਲੈਜਿਸਲੇਸ਼ਨ ਦੀ ਲੋੜ ਹੈਗੀ ਕੁਝ ਲਾਜ਼ ਦੀ ਲੋੜ ਹੈ ਗਵਰਨਮੈਂਟ ਦੇ ਐਕਸ਼ਨ ਦੀ ਲੋੜ ਐ ਐਂਡ ਇਸ ਚੀਜ਼ ਬਾਰੇ ਮੈਂ ਤੁਹਾਡੇ ਨਾਲ ਹੋਰ ਜਾਣਕਾਰੀ ਲੈਣਾ ਚਾਹੁੰਦੀ ਆ ਬਟ ਛੋਟੀ ਜੀ ਬ੍ਰੇਕ ਲਈ ਸਾਨੂੰ ਰੁਕਣਾ ਪੈ ਰਿਹਾ ਤੁਸੀਂ ਕਿੱਥੇ ਨਾ ਜਾਓ ਵਿਊਅਰਸ ਤੁਸੀਂ ਵੀ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ ਟੌਪਿਕ ਦੀ ਡਿਸਕਸ਼ਨ ਚੱਲ ਜਾਈ ਰਹੇਗੀ ਬ੍ਰੇਕ ਤੋਂ ਬਾਅਦ FBI ਦੀ ਰਿਲੀਜ਼ਡ ਰੀਸੈਂਟਲੀ ਰਿਲੀਜ਼ਡ ਰਿਪੋਰਟ ਸਾਨੂੰ ਦੱਸਦੀ ਹੈ that ਹੇਟ ਕਰਾਈਮਸ ਇਨ ਯੂਨਾਈਟਿਡ ਸਟੇਟਸ ਵਿੱਚ ਇੱਕ ਬੜੀ ਫਿਰ ਇਨਕਰੀਸ ਹੋਏ ਹਨ ਐਂਡ ਇਹ ਚੀਜ਼ ਖਾਸ ਕਰਕੇ ਸਿੱਖ ਕਮਿਊਨਿਟੀ ਨੂੰ ਕਿੰਨੇ ਹੱਦ ਤੋਂ ਪਾਰ ਉੱਠ ਕੇ ਅਫੈਕਟ ਕਰਦੀ ਹੈ ਉਹਦੀ ਗੱਲ ਹੋ ਰਹੀ ਹੈ ਬਟ ਇਟਸ ਨਾਟ ਇਨਾਫ ਟੂ ਰੈਕਗਨਾਈਜ਼ ਕਿ ਇਹ ਚੀਜ਼ ਹੋ ਰਹੀ ਹੈ ਆਪਾਂ ਕਰ ਕੀ ਸਕਦੇ ਆ ਇਹਦੇ ਬਾਰੇ ਐ ਨਾ ਕਿ ਇੰਡੀਵਿਜੂਅਲ ਤੌਰ ਤੇ ਬਟ ਜੋ ਸਾਡੇ ਲਾਅ ਮੇਕਰਸ ਹਨ ਗਵਰਨਮੈਂਟ ਵਿੱਚ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਦੀ ਕੀ ਰਿਸਪੌਂਸਿਬਿਲਟੀ ਬਣਦੀ ਹੈ ਇਸ ਚੀਜ਼ ਨੂੰ ਐਡਰੈਸ ਕਰਨ ਦੀ ਡਿਸਕਸ਼ਨ ਹੋ ਰਹੀ ਹੈ ਅਸੀਸ ਕੋਰ ਦੇ ਨਾਲ ਜੋ ਕਿ ਸਿਕ ਕੋਲੀਸ਼ਨ ਦੇ ਵਿੱਚ ਲੀਗਲ ਕਲੈਂਟ ਐਂਡ ਕਮਿਊਨਿਟੀ ਸਰਵਿਸਿਜ਼ ਮੈਨੇਜਰ ਹਨ ਅਸੀਸ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਇੱਕ ਬਾਰੀ ਫਿਰ ਸਵਾਗਤ ਅਸੀਸ ਜੀ ਤੁਸੀਂ ਸਾਨੂੰ ਦੱਸ ਰਹੇ ਸੀ that um ਇਜਿ ਇਸ ਤਰ੍ਹਾਂ ਸਾਡੇ ਵਿਊਅਰਸ ਨੂੰ ਜਾਣਕਾਰੀ ਹੈਗੀ ਆਪਾਂ ਇਸ ਚੀਜ਼ ਨੂੰ ਕਵਰ ਕੀਤਾ ਇਸ ਪੂਰੇ ਸਾਲ ਕਵਰ ਕੀਤਾ ਵਕ ਵਕ ਇਨਸੀਡੈਂਟਸ ਹੋਏ ਹਨ ਜਾਨਲੇਵੇ ਹਮਲੇ ਹੋਏ ਹਨ ਸਾਡੇ ਕਮਿਊਨਿਟੀ ਦੇ ਖਿਲਾਫ ਸਿੱਖਾਂ ਦੇ ਖਿਲਾਫ ਜੋ ਸਿੱਖੀ ਸਰੂਪ ਦੇ ਵਿੱਚ ਸੈਰ ਕਰ ਰਹੇ ਸੀ ਜਾਂ ਆਪਣੇ ਸਟੋਰ ਨੂੰ ਚਲਾ ਰਹੇ ਸੀ ਜਾਂ ਕੁਝ ਵੀ ਕਹਿ ਲੋ ਆਪਣੀ ਕਮਿਊਨਿਟੀ ਵਿੱਚ ਲੰਬੇ ਸਮੇਂ ਤੋਂ ਰਹਿੰਦੇ ਹੋਏ ਉਹਨਾਂ ਤੇ ਹਮਲੇ ਹੋਏ ਬਿਕਾਜ਼ ਉਹ ਸਿੱਖੀ ਸਰੂਪ ਵਿੱਚ ਸੀਗੇ ਬਿਕਾਜ਼ ਉਹ ਉਹਨਾਂ ਦੀ ਸਕਿਨ ਕਲਰ ਬ੍ਰਾਊਨ ਸੀਗਾ ਬਿਕਾਜ਼ ਕਿਸੇ ਨੇ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਕਿ E... ਅ ਡਿਫਰੈਂਟ ਹਨ ਮੇਰੇ ਤੋਤੇ ਮੈਂ ਇਨਾਂ ਤੇ ਅਟੈਕ ਕਰਾਂਗਾ ਬਟ ਇਟਸ ਨਾਟ ਇਨਾਫ ਟੂ ਰੈਕਗਨਾਈਜ਼ ਕਿ ਇਹ ਚੀਜ਼ ਹੋ ਰਹੀ ਹੈ ਜਿਸ ਤਰ੍ਹਾਂ ਦੀ ਐਫਬੀਆਈ ਦੀ ਰਿਪੋਰਟ ਸਾਨੂੰ ਦੱਸਦੀ ਹੈ ਮੈਂ ਚਾਹੁੰਦੀ ਹਾਂ ਤੁਸੀਂ ਥੋੜਾ ਜਿਹਾ ਸਾਨੂੰ ਦੱਸੋ ਕਿ ਜਿੱਥੇ ਗਵਰਨਮੈਂਟ ਦਾ ਰੋਲ ਆਉਂਦਾ ਹੈ ਅਗਰ ਫੰਡਿੰਗ ਦੀ ਆਪਾਂ ਗੱਲ ਕਰੀਏ ਫੋਰ ਐਗਜ਼ਾਮਪਲ ਲਾਅਨ ਫੋਰਸਮੈਂਟ ਡਿਪਾਰਟਮੈਂਟਸ ਦੇ ਵਿੱਚ ਟ੍ਰੇਨਿੰਗ ਦੀ ਲੋੜ ਹੈ ਉਹਨਾਂ ਨੂੰ ਇਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਕਿ ਇੱਕ ਸਿੱਖ ਦੇ ਖਿਲਾਫ ਕਿਸ ਤਰ੍ਹਾਂ ਦੇ ਹਮਲੇ ਹੁੰਦੇ ਐ ਕਿਉਂ ਹੁੰਦੇ ਐ ਉਸ ਚੀਜ਼ ਨੂੰ ਰੈਕਗਨਾਈਜ਼ ਕਰਨ ਤੇ ਜਦੋਂ ਕੋਈ ਵਿਕਟਮ ਉਹਨਾਂ ਨੂੰ ਦੱਸਦਾ ਹੈ ਕਿ ਮੈਨੂੰ ਇੱਕ ਬੰਦੇ ਨੇ ਇਹ ਇਹ ਸਟੇਟਮੈਂਟ ਦਿੱਤੀ ਉਸ ਚੀਜ਼ ਨੂੰ ਕਲਾਸੀਫਾਈ ਕੀਤਾ ਜਾਏ ਕਿ ਹੈਡ ਕਰਾਈਮ ਦਾ ਦਰਜਾ ਦਿੱਤਾ ਜਾਏ ਟ੍ਰੇਨਿੰਗ ਲਈ ਤੁਹਾਨੂੰ ਪੈਸੇ ਦੀ ਲੋੜ ਹੈ ਫੰਡਿੰਗ ਦੀ ਲੋੜ ਹੈ ਐਡੀਸ਼ਨਲ ਰਿਸੋਰਸਸ ਦੀ ਲੋੜ ਹੁੰਦੀ ਐ ਇਹ ਤਾਂ ਸਿਰਫ ਇੱਕ ਹਿੱਸਾ ਹੈਗਾ ਇਨ ਟਰਮਸ ਆਫ ਲੈਜਿਸਲੇਸ਼ਨ ਕੀ ਹੋ ਰਿਹਾ ਐ ਇਸ ਚੀਜ਼ ਨੂੰ ਕਰੈਕਟ ਕਰਨ ਲਈ ਸੋ ਇੱਕ ਕਾਫੀ ਇੰਪੋਰਟੈਂਟ ਪੀਸ ਆਫ ਲੈਜਿਸਲੇਸ਼ਨ ਹੈਗੀ ਜਿੰਦੇ ਬਾਰੇ ਅਸੀਂ ਗੱਲ ਕਰ ਸਕਦੇ ਆ ਤੇ ਇਹ ਜਿਹੜੀ ਲੈਜਿਸਲੇਸ਼ਨ ਹੈਗੀ ਹੈ ਇਹ ਸਾਡੀ ਸਿੱਕੋਲੀਸ਼ਨ ਦੀ ਅਗਲੇ ਸਾਲ ਦੀ ਟਾਪ ਪ੍ਰਾਇੋਰਟੀ ਹੈਗੀ ਹੈ ਫੈਡਰਲ ਲੈਵਲ ਤੇ ਜਿਹੜਾ ਅਸੀਂ ਕੰਮ ਕਰਨਾ ਨੈਸ਼ਨਲ ਲੈਵਲ ਤੇ ਸੋ ਇਹ ਐਕਟ ਦਾ ਨਾਮ ਹੈਗਾ ਕਾਲਜ ਦਬਾੜਾ ਹੈਦਰ ਹੈਰ ਨੋ ਹੇਟ ਐਕਟ ਜੀ ਇਹ ਬਲੇ ਲੈਜਿਸਲੇਸ਼ਨ ਤੋਂ ਫਰਕ ਆ ਪਏਗਾ ਵੀ ਫਿਰ ਜਿਹੜੀ ਸਾਡੀ ਨੈਸ਼ਨਲ ਫੈਡਰਲ ਗਵਰਨਮੈਂਟ ਹੈਗੀ ਹੈ ਉਹ ਰਿਕੁਆਇਰ ਕਰਨਗੇ ਜਿਹੜੀ ਤੋ ਵੱਡੀ ਪ੍ਰੋਬਲਮ ਹੈ ਅੰਡਰ ਰਿਪੋਰਟਿੰਗ ਤੇ ਨੋ ਰਿਪੋਰਟਿੰਗ ਰਾਈਟ ਬੀ ਜਿਹੜੇ ਪੁਲਿਸ ਡਿਪਾਰਟਮੈਂਟਸ ਨੇ ਉਹ ਆਪ ਠਨ ਕਰਦੇ ਨੇ ਬਿਉ ਰਿਪੋਰਟ ਕਰਨਗੇ ਜਾਂ ਨਹੀਂ ਕਰਨਗੇ ਐਫਆਈ ਆਰ ਲੈਵਲ ਤੇ ਜੀ ਹਾਂ ਜੀ ਐਫਆਈ ਆਰ ਰਿਪੋਰਟ ਵਿੱਚ ਵੀ ਉਹਨਾਂ ਨੂੰ ਕੋਈ ਹੇਟ ਕਰਾਇਮ ਆਇਆ ਸੀ ਇਸ ਸਾਲ ਜਾਂ ਨਹੀਂ ਆਇਆ ਸੀ ਸੋ ਇਹ ਵਾਲਾ ਜਿਹੜਾ ਲੈਜਿਸਲੇਸ਼ਨ ਹੈਗੀ ਇੱਥੋਂ ਉਹ ਅੰਡਰ ਰਿਪੋਰਟਿੰਗ ਦੇ ਇਸ਼ੂਸ ਨੂੰ ਅਡਰੈਸ ਕਰਨਗੇ ਜੀ ਤੇ ਇਹੀ ਜਿਹੜੀ ਰਿਪੋਰਟਿੰਗ ਦਾ ਇਸ਼ੂ ਹੈ ਇਹ ਇਹਨੂੰ ਇਸ ਤਰ੍ਹਾਂ ਨਾਲ ਟੈਕਲ ਕਰਨਗੇ ਆ ਜਿੱਦਾਂ ਤੁਸੀਂ ਕਹਿ ਰਹੇ ਸੀ ਫੰਡਿੰਗ ਹੋਏਗੀ ਰਿਸੋਰਸਸ ਲਈ ਸਟੇਟ ਲੈਵਲ ਤੇ ਤੇ ਉਹ ਫੰਡਿੰਗ ਚੋਂ ਨਿਕਲਣਗੇ ਚੀਜ਼ਾਂ ਜਿਵੇਂ ਆ ਕਾਫੀ ਇੰਪੋਰਟੈਂਟ ਤੇ ਕ੍ਰਿਟੀਕਲ ਟ੍ਰੇਨਿੰਗ ਲਾ ਐਨਫੋਰਸਮੈਂਟ ਲਈ ਤੇ ਮੇਬੀ ਕਿਸੇ ਸਟੇਟ ਨੂੰ ਪੈਸੇ ਚਾਹੀਦੇ ਰਿਸੋਰਸਸ ਚਾਹੀਦੇ ਕੋਈ ਹੇਟ ਕਰਾਈਮ ਰਿਪੋਰਟ ਕਰਨ ਦੀ ਹੌਟਲਾਈਨ ਸ਼ੁਰੂ ਕਰਨ ਲਈ ਰਾਈਟ ਉਹਨੂੰ ਵੀ ਮੈਨੇਜ ਕਰਨ ਲਈ ਯੂ ਨੀਡ ਰਿਸੋਰਸਸ ਸੋ ਇਹ ਜਿਹੜਾ ਕਹੋ ਯੂ نو ਇਸ ਜਿਹੜੇ ਐਕਟ ਦਾ ਦ ਜਬਾਰਾ ਹੈਅਰ ਐਕਟ ਜਿਹੜਾ ਸਭ ਤੋਂ ਯੂ نو ਇੰਪੋਰਟੈਂਟ ਮੁੱਦਾ ਇਹ ਹੈਗਾ ਵੀ ਉਹ ਅੰਡਰ ਰਿਪੋਰਟਿੰਗ ਦੀ ਇਸ਼ੂ ਨੂੰ ਜਰੂਰ ਅਡਰੈਸ ਕਰਨਗੇ ਤੇ ਇਹ ਸਾਡਾ ਸਾਡੀ ਟੀਮ ਦਾ 2021 ਦਾ ਕਾਫੀ ਟਾਪ ਲੈਵਲ ਪ੍ਰਾਇਰੀਟੀ ਹੈਗੀ ਆ ਸਾਡੇ ਲਈ ਸੋ ਅਸੀਸ ਜੀ ਇੱਕ ਬਾਰੀ ਫਿਰ ਯੂ نو ਫਰਦਰ ਬੈਨੀਫਿਟ ਆਫ ਦਾ ਵਿਊਅਰਸ ਰਾਈਟ ਬਿਕੋਜ਼ ਤੁਸੀਂ ਤੇ ਤੁਹਾਡੀ ਟੀਮ ਤਾਂ ਇਸ ਚੀਜ਼ ਨੂੰ ਹਰ ਰੋਜ਼ ਡੇ ਐਂਡ ਡੇ ਆਊਟ ਤੁਸੀਂ ਕਰਦੇ ਹੋ ਰਾਈਟ ਤੁਹਾਡੇ ਲਈ ਤਾਂ ਇਹ ਕਾਮਨ ਅੰਡਰਸਟੈਂਡਿੰਗ ਹੈਗੀ ਬਟ ਮੈਂ ਚਾਹਨੀ ਤੁਸੀਂ ਸਾਡੇ ਲਈ ਉਹ ਕਨੈਕਸ਼ਨ ਬਣਾਓ ਥੈਟ ਕਿਸੇ ਦੇ ਖਿਲਾਫ ਕੋਈ ਹੇਟ ਕਰਾਇਮ ਹੁੰਦਾ ਹੈ ਬੁੱਲੀਇੰਗ ਹੁੰਦੀ ਹੈ ਤੁਸੀਂ ਸੜਕ ਤੇ ਤੁਰਦੇ ਜਾ ਰਹੇ ਹੋ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਸਭ ਤੋਂ ਪਹਿਲਾ ਸਟੈਪ ਉਹਦਾ ਕਿ ਤੁਸੀਂ ਜਾ ਕੇ ਇੱਕ ਲਾਅ ਐਨਫੋਰਸਮੈਂਟ ਦੇ ਵਿੱਚ ਅਫੀਸ਼ੀਅਲ ਉਹਦੀ ਰਿਪੋਰਟ ਬਣਾਓ ਰਾਈਟ ਉਸ ਤੋਂ ਬਾਅਦ ਜਿਸ ਤਰ੍ਹਾਂ ਇਹ ਲੈਜਿਸਲੇਸ਼ਨ ਕੈਰੀ ਹੈ ਉਸ ਰਿਪੋਰਟ ਦਾ ਜੋ ਡਾਟਾ ਹੈਗਾ ਤੁਹਾਡੀ ਲੋਕਲ ਲਾਅ ਐਨਫੋਰਸਮੈਂਟ ਪੁਲਿਸ ਡਿਪਾਰਟਮੈਂਟ ਹੋਵੇ ਸ਼ਰਫ ਡਿਪਾਰਟਮੈਂਟ ਹੋਵੇ ਉਹਨਾਂ ਨੇ ਅੱਗੇ ਗਾਂ ਨੈਸ਼ਨਲ ਲੈਵਲ ਤੇ ਉਸ ਚੀਜ਼ ਨੂੰ ਰਿਪੋਰਟ ਕਰਨਾ ਹੈ ਸੋ ਇਹ ਜੋ ਲੈਜਿਸਲੇਸ਼ਨ ਹੈਗੀ ਉਹ ਉਸ ਹਿੱਸੇ ਨੂੰ ਅਡਰੈਸ ਕਰਦੀ ਹੈ রাইਟ ਕਿਉਂਕਿ ਇਸ ਵੇਲੇ ਬ੍ਰੇਕਡਾਊਨ ਉੱਥੇ ਹੈ ਜਿਹੜੀ ਆਪਾਂ ਹੁਣ ਇਸ ਹਫਤੇ ਰਿਪੋਰਟ ਰਿਲੀਜ਼ ਹੋਈ ਜਿੰਦੇ ਬਾਰੇ ਅਸੀਂ ਗੱਲ ਕਰ ਰਿਹਾ ਅਸੀਂ ਇਹਦੇ ਵਿੱਚ ਦੇਖਿਆ ਵੀ ਹੁਣ ਦੋ ਹੁਣੇ ਦੂਜਾ ਸਾਲ ਹੈ ਜਦੋਂ ਮਤਲਬ ਦੂਜਾ ਸਾਲ ਹੈ ਜਦੋਂ ਜਿਹੜੇ ਪੁਲਿਸ ਡਿਪਾਰਟਮੈਂਟਸ ਨੇ ਜਿਹੜੀਆਂ ਇਨਫੋਰਸਮੈਂਟ ਏਜੰਸੀਜ਼ ਹੈਗੀਆਂ ਨੇ ਮਤਲਬ ਜਿਹੜੀ ਰਿਪੋਰਟ ਕਰਦੇ ਨੇ ਉਹ ਨੰਬਰ ਘਟ ਰਿਹਾ ਹੈ। ਅੱਛਾ ਜੀ। ਰਾਈਟ ਸੋ ਪਹਿਲਾਂ ਕੈਲੋਬੀ ਯੂ نو ਸੋ ਨੇ ਪਹਿਲਾਂ ਦੱਸ ਕਰਦੀਆਂ ਸੀ ਸੋ ਯੂ نو ਤੁਹਾਨੂੰ ਲੱਗਦਾ ਸੀ ਇੰਨੇ ਪਰਸੈਂਟ ਹੇਟ ਕਰਾਇਮ ਹੁੰਦੇ ਨੇ ਨਾ ਇਨਕਰੀਸ ਆ ਜਾਂ ਡਿਕਰੀਸ ਆ। ਹੁਣ ਕਹਿੰਦੇ ਆਸ ਤੋਂ ਜੇ ਸਿਰਫ ਸੱਤੇ ਏਜੰਸੀਜ਼ ਰਿਪੋਰਟ ਕਰਨ ਵੀ ਉਹਨਾਂ ਉਹਨਾਂ ਦੇ ਏਜੰਸੀ ਵਿੱਚ ਕੋਈ ਹੇਟ ਕਰਾਇਮ ਆਇਆ ਜਾਂ ਨਹੀਂ ਆਇਆ। ਆਫਕੋਰਸ ਸੋ ਓਵਰਆਲ ਪਰਸੈਂਟੇਜ ਥੱਲੇ ਜਾਏਗੀ ਕਿਉਂਕਿ ਜੇ ਸੋ ਏਜੰਸੀਸ ਜੋ ਸਿਰਫ 10 ਕਹ ਰਹੀਆਂ ਨੇ ਇਨਸਟਰਫ 9598 100 ਉਹ ਫਰਕ ਦਾ ਡਾਟਾ ਸੈਟ ਵਿੱਚ ਜ਼ਰੂਰ ਪਏਗਾ ਸੋ ਉਹ ਬ੍ਰੇਕਡਾਊਨ ਹੈ ਤੇ ਉਹਨੂੰ ਐਡਰੈਸ ਕਰਨ ਦੀ ਜ਼ਰੂਰਤ ਹੈਗੀ ਹੈ ਸੋ ਵਾਂਸ ਅਗੇਨ ਪ੍ਰੋਬਲਮ ਸਰ ਦਾ ਮਤਲਬ ਮਸਲਾ ਇਹ ਤੇ ਇਹ ਨਹੀਂ ਹੈਗਾ ਕਿ ਹੇਟ ਕਰਾਈਮ ਨਹੀਂ ਹੋ ਰਹੇ ਕਲੀਅਰਲੀ ਸਾਨੂੰ ਪਤਾ ਹੈ ਐਸ ਮੈਂਬਰਸ ਆਫ ਦਿਸ ਮਾਈਨੋਰਿਟੀ ਕਮਿਊਨਿਟੀ ਕਿ ਸਾਡੇ ਖਿਲਾਫ ਇਸ ਤਰ੍ਹਾਂ ਦੇ ਹਾਦਸੇ ਲਗਾਤਾਰ ਹੋ ਰਹੇ ਹਨ ਇਨ ਫੈਕਟ ਵਧੀ ਗਿਣਤੀ ਵਿੱਚ ਹੋ ਰਹੇ ਹਨ ਇਨਕਰੀਸਿੰਗਲੀ ਹੋ ਰਹੇ ਹਨ ਬਟ ਉਹਨਾਂ ਦੀ ਰਿਪੋਰਟਿੰਗ ਲਾਉਣ ਫੋਰਸਮੈਂਟ ਲੋਕਲ ਏਜੰਸੀਜ਼ ਵੱਲੋਂ ਫੈਡਰਲ ਲੈਵਲ ਤੇ ਨਹੀਂ ਹੋ ਰਹੀ ਤੁਹਾਡੇ ਖਿਆਲ ਕੋਈ ਕਾਰਨ ਹੈਗਾ ਅਗਰ ਇੱਕ ਲਾ ਐਨਫੋਰਸਮੈਂਟ ਏਜੰਸੀ ਨਹੀਂ ਰਿਪੋਰਟ ਕਰਦੀ ਨੈਸ਼ਨਲ ਲੈਵਲ ਤੇ ਜਿਦਾ FBI ਨੂੰ ਨਹੀਂ ਦੱਸਦੀ ਕਿ ਸਾਡੇ ਡਿਪਾਰਟਮੈਂਟ ਵਿੱਚ 10 ਹੇਟ ਕਰਾਈਮਸ ਦੀ ਕੰਪਲੇਂਟਸ ਆਈਆਂ ਇਜ਼ ਇਟ ਜਸਟ ਕਿ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਹੈਗੀ ਇਜ਼ ਇਟ ਥੈਟ ਉਹਨਾਂ ਦੇ ਆਪਾਂ ਕਹਿ ਸਕਦੇ ਹਾਂ ਇਟ ਲੁਕਸ ਬੈਡ ਔਨ ਦਾ ਡਿਪਾਰਟਮੈਂਟ ਕਿ ਉਹਨਾਂ ਦੇ ਜੂਰਿਸਡਿਕਸ਼ਨ ਵਿੱਚ ਇਸ ਤਰ੍ਹਾਂ ਦੇ ਕਰਾਈਮਸ ਆਈ ਮੀਨ ਇਹ ਰਿਪੋਰਟਿੰਗ ਦਾ ਜੋ ਇਲੈਪਸ ਹੈਗਾ ਇਹ ਇਹ ਸਾਨੂੰ ਕੀ ਦੱਸਦਾ ਹੈ ਕਾਫੀ ਹੱਦ ਤੱਕ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਸ ਕ੍ਰਾਈਮ ਨੂੰ ਕਿੱਦਾਂ ਕੈਰੈਕਟਰਾਇਜ਼ ਕੀਤਾ ਜਾਏ। রাইਟ ਵੀ ਕੈਲੋ ਯੂ نو ਕੋਈ ਕੁਛ ਕਰਦਾ ਤੇ ਤੁਸੀਂ ਆਲਰੇਡੀ ਚਾਰਜ ਲਗਾਤਾ ਯੂ نو ਮਾਰਨ ਕੁੱਟੰਦਾ ਤੁਸੀਂ ਫਿਰ ਉਹਨੂੰ ਉੱਥੇ ਬੰਦ ਕਰ ਦਿੰਦੇ ਹੋ ਤੇ ਅਗਲੇ ਕੇਸ ਤੇ ਚੱਲ ਜਾਂਦੇ ਆ। ਔਰ ਵੀ نو ਸਮਥਿੰਗ ਐਲਸ ਦੱਤ ਤੁਸੀਂ ਉਹ ਦੇਖ ਵੀ ਨਹੀਂ ਰਹੇ ਵੀ ਹੋਰ ਕੀ ਹੋ ਰਿਹਾ ਇਹ ਹੋਇਆ ਕਿਉਂ ਹੋਇਆ। ਜੀ। ਸੋ ਇੱਥੇ ਉਹ ਪੀਸ ਜ਼ਰੂਰ ਚਾਹੀਦਾ ਵੀ ਜਿੱਥੇ ਯੂ نو ਜੇਕਰ ਜੇਕਰ ਤੁਹਾਨੂੰ ਬਾਰ-ਬਾਰ ਉਦਾਂ ਦੇ ਕੇਸ ਆ ਰਹੇ ਨੇ ਵੀ ਕਿਸੇ ਦੀ ਦੇਖ ਕਾਰਨ ਕਿਸੇ ਦੇ ਧਰਮ ਕਾਰਨ ਐਦਾਂ ਹੋ ਰਿਹਾ ਤਾਂ ਆਟੋਮੈਟਿਕਲੀ ਤੁਹਾਡੇ ਦਿਮਾਗ ਵਿੱਚ ਆਣਾ ਚਾਹੀਦਾ ਵੀ ਇਹ ਬਲੇ ਕੇਸ ਦੇ ਇੰਟੈਂਸ਼ਨ ਕੀ ਸੀਗੇ ਐਵੇਂ ਹੀ ਸੀਗਾ ਵੀ ਕਿਸੇ ਨੂੰ ਰੈਂਡਮਲੀ ਚੂਜ਼ ਕੀਤਾ ਹੈ ਕ੍ਰਾਈਮਲੀ ਜਾਂ ਜਾਣ ਬੁੱਝ ਕੇ ਕਿਸੇ ਹੋਰ ਗੱਲ ਕਾਰਨ ਇਹਨਾਂ ਨੇ ਇਸ ਬੰਦੇ ਨੂੰ ਯੂ نو ਇਸ ਲੇਡੀ ਨੂੰ ਇਸ ਬੱਚੇ ਨੂੰ ਟਾਰਗੇਟ ਕੀਤਾ ਜੀ ਸੋ ਉਹ ਗੱਲਾਂ ਅਜੇ ਸ਼ਾਇਦ ਉਹ ਰੈਕਗਨਾਈਜ਼ ਨਹੀਂ ਕਰ ਰਹੇ ਜਾਂ ਨਹੀਂ ਕਰਨਾ ਚਾਹੁੰਦੇ ਬਟ ਗੈਪ ਉੱਥੇ ਹੈਗਾ ਅਸੀਸ ਜੀ ਆਮ ਰਿਪੋਰਟ ਤਾਂ ਆਫਕੋਰਸ FBI ਦੀ ਰਿਪੋਰਟ ਹੈ ਕਾਫੀ ਲੰਬੀ ਚੌੜੀ ਹੈਗੀ ਬਟ ਮੈਂ ਚਾਹੁੰਦੀ ਆ ਇਹਦੇ ਵਿੱਚ ਜੋ ਫਾਈਂਡਿੰਗਸ ਸਾਡੀ ਸਿੱਖ ਕਮਿਊਨਿਟੀ ਦੇ ਵਿੱਚ ਸਪੈਸ਼ਲ ਆਪਾਂ ਕਹਿ ਸਕਦਾ ਹੈ ਕਨਸਿਡਰੇਸ਼ਨ ਲੈਂਦੀ ਹੈ ਕਿ ਸਾਨੂੰ ਇੱਕ ਕਿਸ ਤਰ੍ਹਾਂ ਡਿਸਪਰਪੋਰਸ਼ਨਟਲੀ ਅਫੈਕਟ ਕਰਦੀ ਹੈ ਉਹਦੇ ਬਾਰੇ ਪਲੀਜ਼ ਥੋੜਾ ਜਿਹਾ ਸਾਨੂੰ ਦੱਸੋ ਹਾਂਜੀ ਤੁਸੀਂ ਪਹਿਲੀ ਗੱਲ ਤੇ ਬਿਲਕੁਲ ਠੀਕ ਕਹੀ ਹੈ ਬਹੁਤ ਲੰਬੀ ਚੌੜੀ ਰਿਪੋਰਟ ਹੈ ਅਸੀਂ ਵੀ ਹੈ ਜਿਹਨੂੰ ਪੂਰੀ ਤਰ੍ਹਾਂ ਐਨਾਲਾਈਜ਼ ਤੇ ਸਟੱਡੀ ਕਰਦੇ ਪੈਕਚ ਸਾਡੀ ਉਮੀਦ ਹੈ ਵੀ ਕੱਲ ਤੱਕ ਪੂਰੀ ਤਰ੍ਹਾਂ ਦੀ ਫਾਈਂਡਿੰਗਸ ਦਾ ਪਤਾ ਲੱਗ ਜਾਏ ਪਰ ਜਿਹੜੀਆਂ ਮੇਨ ਯੂ ਨੋ ਟੇਕ ਅਵੇਜ਼ ਨੇ ਜਿਹੜੇ ਮੇਨ ਪੁਆਇੰਟ ਹੈਗੇ ਉਹ ਅਜੇ ਸਾਨੂੰ ਪਤਾ ਨਹੀਂ ਸੋ ਤੁਸੀਂ ਪਹਿਲਾਂ ਵੀ ਥੋੜਾ ਜਿਹਾ ਦੱਸਿਆ ਸੀ ਵੀ ਜਦੋਂ ਸਾਨੂੰ ਅਸੀਂ 2018 ਦੀ ਰਿਪੋਰਟ ਦੇਖੀ ਤਾਂ ਉਹ ਤੁਸੀਂ ਦੇਖਿਆ ਵੀ 200% ਇਨਕਰੀਸ ਹੋ ਗਿਆ ਸੀ ਜਿਹੜੇ ਰਿਪੋਰਟਡ ਕਰਾਈਮਸ ਸਿਗੇ ਹਿੱਟ ਕਰਾਈਮਸ ਸੋ ਇਸ ਹੁਣ ਜਿਹੜੇ ਆਪਾਂ 2019 ਦੇ ਡਾਟਾ ਨੂੰ ਰਿਵਿਊ ਕਰਦੇ ਪਿਆ ਉਥੋਂ ਸਾਨੂੰ ਦਿਖ ਰਿਹਾ ਵੀ ਥੋੜਾ ਜਾਂ ਨੰਬਰ ਘਟੇ ਨੇ ਤੇ ਯੂ نو ਬਾਹਰੋਂ ਇੱਕਦਮ ਦੇਖਣ ਲਈ ਤਾਂ ਫੀਲ ਗੁੱਡ ਹੁੰਦਾ ਯੂ نو ਦੈਟਸ ਗ੍ਰੇਟ ਦ ਨੰਬਰਸ ਆਰ ਗੋਇੰਗ ਡਾਊਨ ਯੂ نو ਥਿਸ ਇਜ਼ ਆਸਮ ਬਟ ਅਜੇ ਅਜੇ ਵੀ ਸਾਨੂੰ ਆਇ ਪਤਾ ਵੀ ਜਿਹੜੇ ਸਿੱਖ ਹੈਗੇ ਨੇ ਜਿਹੜੇ ਸਾਡੀ ਕਮਿਊਨਿਟੀ ਹੈ ਅਜੇ ਵੀ ਅਸੀਂ टॉप 5 ਵਿੱਚ ਹੈਗੇ ਆ ਜਦੋਂ ਯੂਨੀਵਰਸ ਫਾਰ ਇਸ ਬੀਂਗ ਟਾਰਗੇਟਡ ਇਸ ਕਨਸਰਨਡ ਸੋ ધ ਨੰਬਰਸ ਆਰ ਹਾਈ ਇਸ ਹਨੂ ਨਾਲ ਆ ਵੀ ਪਤਾ ਵੀ ਰਿਪੋਰਟਿੰਗ ਸਹੀ ਨਹੀਂ ਹੋ ਰਹੀ ਰਾਈਟ ਸਾਨੂੰ ਜਿਹੜਾ ਸਾਡਾ ਡਾਟਾ ਸੀ ਉਹ ਵੀ ਚੈੱਕ ਕਰਾਂਗੇ ਵੀ ਜੋ ਸਾਡੇ ਕੋਲ ਕੇਸਸ ਆਏ ਸੀ ਉਹ ਹੋ ਰਿਪੋਰਟ ਹੋਏ ਵੀ ਕਿ ਨਹੀਂ ਹੋਏ ਜੀ ਸਾਨੂੰ ਇਹਨਾਂ ਗੱਲਾਂ ਤੋਂ ਇੱਕਦਮ ਪਤਾ ਲੱਗ ਜਾਏਗਾ ਵੀ ਨੰਬਰਸ ਕਿੰਨੇ ਇਕੂਰੇਟ ਨੇ ਤੇ ਅਜੇ ਹੋਰ ਕਿੰਨਾ ਕੰਮ ਕਰਨ ਵਾਲਾ ਜੀ ਕੀ ਕਮ ਕਰਨ ਕਮ ਤਾਂ ਬਹੁਤ ਹੈਗਾ ਆਈ ਥਿੰਕ ਖਾਸ ਕਰਕੇ ਇਸ ਏਰੀਆ ਦੇ ਵਿੱਚ ਆਮ ਅਸੀਸ ਜੀ ਅਨਫੋਰਚਨਟਲੀ ਸਮਾਂ ਸਾਡੇ ਕੋਲ ਜਿਆਦਾ ਨਹੀਂ ਰਹਿ ਗਿਆ ਐਨੀ ਕਲੋਜ਼ਿੰਗ ਮੈਸੇजेस ਵਿਊਅਰਸ ਲਈ ਕਿਸ ਤਰ੍ਹਾਂ ਉਸ ਚੀਜ਼ ਦੇ ਵਿੱਚ ਆਪਣੀ ਸਪੋਰਟ ਪਿੱਛੇ ਪਾ ਸਕਦੇ ਆ ਇਹਦੇ ਕਿਸ ਤਰ੍ਹਾਂ ਅਗਰ ਉਹਨਾਂ ਨੇ ਆਪਣੇ ਲੋਕਲ ਲਾਅ ਮੇਕਰਸ ਨੂੰ ਇਸ ਚੀਜ਼ ਬਾਰੇ ਆਮ ਆਪ ਕਹਿ ਸਕਦੇ ਆ ਪ੍ਰੈਸ਼ਰ ਪਾਣਾ ਕਿ ਉਹਨਾਂ ਨੂੰ ਕਰਨਾ ਚਾਹੀਦਾ ਤੁਸੀਂ ਡੈਫੀਨਟਲੀ ਯੂਨੀਵਰਸਿਟੀ ਵੈਬਸਾਈਟ ਤੇ ਤੇ ਸਾਨੂੰ ਸੋਸ਼ਲ ਮੀਡੀਆ ਤੇ ਜ਼ਰੂਰ ਫਾਲੋ ਕਰੋ sikcoalition.org ਅ ਅਸੀਂ ਟਵਿੱਟਰ ਫੇਸਬੁੱਕ ਇੰਸਟਾਗ੍ਰਾਮ ਤੇ ਉੱਥੇ ਅਸੀਂ ਹਮੇਸ਼ਾ ਜਦੋਂ ਕਮਿਊਨਿਟੀ ਔਰੀਐਂਟਡ ਐਕਸ਼ਨ ਲੈਣੇ ਆ ਵੀ ਤੁਸੀਂ ਆਪਣੇ ਲਾ ਮੇਕਰਸ ਨੂੰ ਪੁਸ਼ ਕਰੋ ਦੱਸੋ ਵੀ ਇਹ ਕਿਉਂ ਜ਼ਰੂਰੀ ਹੈ ਅਸੀਂ ਸਾਰਾ ਕੁਝ ਉੱਥੇ ਪਾਣੇ ਆ ਆਮ ਜ਼ਰੂਰ ਧਿਆਨ ਰੱਖੋ ਵੀ ਜਦੋਂ ਐਕਸ਼ਨ ਲੈਣ ਦਾ ਟਾਈਮ ਹੋਏ ਤਾਂ ਆਪਾਂ ਸਾਰੇ ਮਿਲ ਕੇ ਐਕਸ਼ਨ ਲੈ ਸਕੀਏ ਤਾਂ ਕਿ ਕਮਿਊਨਿਟੀ ਦਾ ਤੇ ਪੂਰੇ ਦੇਸ਼ ਦੀ ਭਲਾਈ ਲਈ ਇਹ ਲਾਜ਼ ਪਾਸ ਹੋਣ ਤੇ ਦੂਜੀ ਗੱਲ ਮੈਂ ਲਾਸਟ ਵਿੱਚ ਆਈ ਕਵਾਂ ਕੀ ਵੀ ਜੇਕਰ ਕਿਸੇ ਨੂੰ ਕਦੇ ਵੀ ਐਨਾ ਗੱਲਾਂ ਕਰਨ ਲੀਗਲ ਅਸਿਸਟੈਂਸ ਦੀ ਲੋੜ ਹੋਈ ਤੁਸੀਂ ਸਾਨੂੰ ਜਰੂਰ ਕੰਟੈਕਟ ਕਰ ਸਕਦੇ ਹੋ ਅਸੀਂ ਬਿਲਕੁਲ ਫ੍ਰੀ ਵਿੱਚ ਤੁਹਾਨੂੰ ਲੀਗਲ ਸਰਵਿਸਿਜ਼ ਪ੍ਰੋਫੈਸ਼ਨਲ ਸਰਵਿਸਿਜ਼ ਦਵਾਂਗੇ ਤੇ ਸਾਨੂੰ ਉਮੀਦ ਵੀ ਨਹੀਂ ਚਾਹੀਦੀ ਕਿਸੇ ਨੂੰ ਪਰ ਸਾਨੂੰ ਇਹ ਵੀ ਪਤਾ ਹੈ ਵੀ ਲੋਡ ਹੈਗੀ ਆ ਜੈਸੋ ਵੀ ਕੀਪ ਟੂਰਿੰਗ ਵਟ ਵੀ ਕੈਨ ਫੋਰ ਐਸ ਲੋਂਗ ਐਸ ਵੀ ਕੈਨ ਐਬਸੋਲੂਟਲੀ ਐਂਡ ਐਂਡ ਮੈਂ ਰਿਮਾਈਂਡ ਕਰਾਉਣਾ ਚਾਹੁੰਦੀ ਆ ਕਿ ਜਿਸ ਤਰ੍ਹਾਂ ਕੋਲੋਰادو ਦੇ ਵਿੱਚ ਹੋਇਆ ਸੀ ਆਈ ਬੀਲੀਵ ਲਖਵੰਤ ਸਿੰਘ ਜੀ ਸੀਗੇ ਜਿਨ੍ਹਾਂ ਦੇ ਸਟੋਰ ਦੇ ਵਿੱਚ ਕਿਸੇ ਨੇ ਗੱਡੀ ਦੇਤੀ ਬਿਕੋਜ਼ ਉਹ ਸਿੱਖ ਸੀਗੇ ਆਮ ਉਥੇ ਸੇ ਕੋਲੀਸ਼ਨ ਦੇ ਪ੍ਰੈਸ਼ਰ ਕਰਕੇ ਉਹ ਹੇਟ ਕਰਾਇਮ ਦਾ ਦਰਜਾ ਦਿੱਤਾ ਗਿਆ ਸੰਸਥਾਵ ਜੋ ਸਾਡੀ ਕਮਿਊਨਿਟੀ ਦੇ ਵਿੱਚ ਐਕਟਿਵ ਹਨ ਇਸ ਕੰਮ ਦੇ ਵਿੱਚ ਉਹਨਾਂ ਦਾ ਪ੍ਰੈਸ਼ਰ ਕਰਕੇ ਇਸ ਚੀਜ਼ ਨੂੰ ਕਰੈਕਟ ਕੀਤਾ ਗਿਆ ਬਟ ਯੂ نو ਇਸ ਚੀਜ਼ ਦੇ ਵਿੱਚ ਕਈ ਵਾਰੀ ਲੋਕੀ ਸੋਚਦੇ ਆ ਕਿ ਆਪਾਂ ਕੀ ਪੁਲਿਸ ਦੇ ਕੋਲ ਜਾਣਾ ਚਲੋ ਹੋ ਗਿਆ ਸੋ ਹੋ ਗਿਆ ਆਪਾਂ ਆਪਣੇ ਆਪ ਦੇ ਵਿੱਚ ਹੀ ਇਸ ਚੀਜ਼ ਨੂੰ ਦੇਖ ਲਾਂਗੇ ਹਨਾ ਬਟ ਨਹੀਂ ਜੋ ਇਹ ਰਿਪੋਰਟਿੰਗ ਦੀ ਪ੍ਰੋਬਲਮ ਹੈ ਸ਼ੁਰੂਆਤ ਤਾਂ ਵਿਕਟਮ ਤੋਂ ਹੀ ਹੁੰਦੀ ਹੈ ਕਿ ਵਿਕਟਮ ਜਾ ਕੇ ਇਸ ਚੀਜ਼ ਦੀ ਰਿਪੋਰਟ ਬਣਾਏ ਅਗਰ ਤੁਹਾਨੂੰ ਉਹਦੇ ਹੈਲਪ ਦੀ ਲੋੜ ਹੈ ਆਫ ਕੋਰਸ ਇੱਕ ਕੋਲਿਸ਼ਨ ਦੀ ਟੀਮ ਤੁਹਾਡੇ ਲਈ ਅਵੇਲੇਬਲ ਹਨ ਅਗਰ ਤੁਹਾਨੂੰ ਕੰਫਰਟੇਬਲ ਨਹੀਂ ਫੀਲ ਹੁੰਦਾ ਇਸ ਚੀਜ਼ ਨੂੰ ਰਿਪੋਰਟ ਕਰਦੇ ਹੋਏ ਜਾਂ ਕਨਵਰਸੇਸ਼ਨ ਵਿੱਚ ਕਦੀ ਕਵਾਰ ਬੰਦੇ ਨੂੰ ਹੈਜ਼ਿਟੇਸ਼ਨ ਫੀਲ ਹੁੰਦੀ ਹੈ ਤੁਹਾਡੀ ਟੀਮ ਅਵੇਲੇਬਲ ਹੈਗੀ ਤੇ ਅੱਗੇ ਗਾਹ ਉਸ ਚੀਜ਼ ਨੂੰ ਪ੍ਰੋਪਰ ਦਰਜਾ ਦੇਣ ਦੀ ਕਿੰਨੀ ਇੰਪੋਰਟੈਂਸ ਹੈ ਉਹ ਵੀ ਜ਼ਰੂਰ ਉਹਦੇ ਲਈ ਲੀਗਲ ਅਸਿਸਟੈਂਸ ਤੇ ਪ੍ਰੈਸ਼ਰ ਦੀ ਜ਼ਰੂਰਤ ਪੈਂਦੀ ਹੈ ਬਟ ਵਾਂਸ ਅਗੇਨ ਥੈਂਕ ਯੂ ਸੋ ਮਚ ਫॉर ਜੁਆਇਨਿੰਗ ਅਸ ਸਸੀ ਸਟ ਇਟਸ ਆਲਵੇਜ਼ ਅ ਪਲੇਜ਼ਰ ਟੂ ਹੈਵ ਯੂ ਹੈਵ ਅ ਗੁੱਡ ਰੈਸਟ ਆਫ ਯਰ ਨਾਈਟ ਸਸਕਾਲ ਥੈਂਕ ਯੂ ਸ ਜੀ ਵਾਂਸ ਅਗੇਨ ਦੈਟ ਵਾਸ ਅ ਸੀ ਸਕੋਰ ਲੀਗਲ ਕਲੈਂਟ ਐਂਡ ਕਮਿਊਨਿਟੀ ਸਰਵਿਸਿਸ ਮੈਨੇਜਰ ਫ্রম ਸਿੱਖ ਕੋਲੀਸ਼ਨ ਗੱਲ ਹੋ ਰਹੀ ਹੈ ਐਫ ਬੀ ਆਈ ਦੀ ਨਵੀਂ ਰਿਲੀਜ਼ਡ ਰਿਪੋਰਟ ਹੇਟ ਕਰਾਈਮਜ਼ ਨੂੰ ਲੈ ਕੇ ਥੋੜੀ ਜਿਹੀ ਹੋਰ ਜਾਣਕਾਰੀ ਇਹਦੇ ਬਾਰੇ ਤੁਹਾਨੂੰ ਪ੍ਰੋਵਾਈਡ ਕਰਾਂਗੇ ਬ੍ਰੇਕ ਤੋਂ ਬਾਅਦ FBI ਵੱਲੋਂ ਨਵੀਂ ਰਿਲੀਜ਼ਡ ਰਿਪੋਰਟ ਸਾਨੂੰ ਦੱਸਦੀ ਹੈ that hate crimes in United States which ਇੱਕ ਵਾਰੀ ਫਿਰ ਇੱਕ alarming ਤਰ੍ਹਾਂ ਵਧ ਰਹੇ ਹਨ ਨਾ ਕਿ ਸਿਰਫ ਵਧ ਰਹੇ ਬਟ ਸਾਡੀ ਕਮਿਊਨਿਟੀ ਲਈ ਇਸ ਚੀਜ਼ ਦੇ ਲਈ ਹੋਰ ਵੀ ਆਪਾਂ ਕਹਿ ਸਕਦੇ ਹਾਂ concerning uh, reporting ਲਿਖਲੀ ਹੈ ਇਸ ਨਵੀਂ ਡਾਟਾ ਸੈਟ ਦੇ ਵਿੱਚ ਬਟ ਇਥੇ ਨਾ ਕਿ ਸਿਰਫ ਸਾਨੂੰ ਇਸ ਐਕਟ ਤੇ ਫੋਕਸ ਕਰਨਾ ਚਾਹੀਦਾ ਹੈ ਦੀ ਖਲੀਦ ਜਬਾਰਾ ਹੈਦਰ ਹੈਅਰ ਨੋ ਹੇਟ ਐਕਟ ਅਮ ਇਹਦੇ ਬਾਰੇ ਤੁਹਾਨੂੰ ਦੱਸਦਾ ਇਹ ਜੋ ਐਕਟ ਹੈਗਾ ਜਿਹਦਾ ਛੋਟਾ ਨਾਮ ਦ ਨੋ ਹੇਟ ਐਕਟ ਵੀਨ ਨੂੰ ਕਿਹਾ ਜਾਂਦਾ ਹੈ ਇਹਦਾ ਨਾਮ ਰੱਖਿਆ ਸੀ ਬਿਕਾਜ਼ ਆਫ ðiਸ ਟੂ ਵਿਕਟਿਮਸ ਖਲੀਦ ਜਬਾਰਾ ਤੇ ਹੈਦਰ ਹੈਅਰ ਆਮ ਜਿਨਾ ਦੇ ਮਰਡਰਸ ਜੋ ਕਿ ਇੰਨੇ ਹਾਈ ਪ੍ਰੋਫਾਈਲ ਸੀਗੇ ਉਹਨਾਂ ਨੂੰ ਫਿਰ ਵੀ ਇੱਕ ਹੇਟ ਕ੍ਰਾਈਮ ਦੇ ਤੌਰ ਤੇ ਨਹੀਂ ਡੈਜ਼ਿਗਨੇਟ ਕੀਤਾ ਗਿਆ ਹੈਦਰ ਹੈਅਰ ਤੁਹਾਨੂੰ ਸ਼ਾਇਦ ਯਾਦ ਹੋਏਗਾ ਜਦੋਂ ਨਾਰਥ ਕੈਰੋਲਾਈਨਾ ਦੇ ਵਿੱਚ ਇੱਕ ਰਾਈਟ ਕੰਸਰਵੇਟਿਵ ਰੈਲੀ ਹੋਈ ਸੀ ਉਹਦੇ ਵਿੱਚ ਇੱਕ ਬੰਦੇ ਨੇ ਆਪਣੀ ਗੱਡੀ ਥੱਲੇ ਇੱਕ ਪ੍ਰੋਟੈਸਟਰ ਨੂੰ ਦਿੱਤਾ ਸੀ ਉਹ ਕੁੜੀ ਸੀਗੀ ਹੈਦਰ ਹੇਅਰ ਸ਼ੀ ਪਾਸਟ ਅਵੇ ਉਹਦੀ ਮੌਤ ਹੋਈ ਸੀ ਇਸ ਹਾਦਸੇ ਦੇ ਨਾਲ ਇਹਨ ਉਸ ਬੰਦੇ ਨੇ ਕਿਹਾ ਕਿ ਮੈਂ ਇਕ ਤੁਸੀਂ ਕਹਿ ਲੋ ਰਾਈਟ ਵਿੰਗ ਸਪੋਰਟਰ ਹੈਗਾ ਮੇਰੀ ਆਈਡੀਓਲੋਜੀ ਕੰਜ਼ਰਵੇਟਿਵ ਸਾਈਡ ਤੇ ਜਾਂਦੀ ਹੈ ਤੇ ਮੈਂ ਆਪਣੀ ਗੱਡੀ ਥੱਲੇ ਇਸ ਕੁੜੀ ਨੂੰ ਇਸ ਕਰਕੇ ਦਿੱਤਾ ਬਿਕੋਜ਼ ਇੱਕ ਪ੍ਰੋਟੈਸਟ ਤੇ ਸੀਗੀ ਜੋ ਲਿਬਰਲ ਸਾਈਡ ਦੀ ਪ੍ਰੋਟੈਸਟ ਸੀਗੀ ਸੋ ਦੈਟ ਇਜ਼ ਅ ਹੇਟ ਕ੍ਰਾਈਮ ਦੈਟਸ ਡੋਮੈਸਟਿਕ ਟਰੋਰਿਜ਼ਮ ਇੱਕ ਬੰਦੇ ਨੇ ਇੱਕ ਕੁੜੀ ਨੂੰ ਆਈਡੈਂਟੀਫਾਈ ਕੀਤਾ ਕਿ ਇਹਦੀ ਜੋ ਪੋਲਿਟਿਕਲ ਆਈਡੀਓਲੋਜੀ ਇਹ ਮੈਨੂੰ ਚੰਗੀ ਨਹੀਂ ਲੱਗਦੀ ਐਂ ਉਹਨੇ ਉਹਨੂੰ ਗੱਡੀ ਥੱਲੇ ਦੇਤਾ ਕਿਉਂਕਿ ਗਵਰਨਮੈਂਟ ਨੇ ਉਸ ਚੀਜ਼ ਨੂੰ ਰੈਕਗਨਾਈਜ਼ ਇੱਕ ਹੇਟ ਕ੍ਰਾਈਮ ਦੇ ਤਰ੍ਹਾਂ ਨਹੀਂ ਕੀਤਾ ਇਸ ਕਰਕੇ ਉਹਦਾ ਵੀ ਨਾਮ ਇਸ ਐਕਟ ਦੇ ਵਿੱਚ ਇਨਵੋਲਡ ਹੈਗਾ ਅਮ ਬਟ ਇਹ ਐਕਟ ਸਿਰਫ ਕੋਈ ਇੰਡੀਵਿਜੂਅਲ ਕੋਈ ਇੰਡੀਵਿਜੂਅਲ ਲਾ ਮੇਕਰ ਕੋਈ ਸਿਟੀ ਕੋਈ ਸਟੇਟ ਗਵਰਨਮੈਂਟ ਨਹੀਂ ਇਸ ਚੀਜ਼ ਨੂੰ ਅੱਗੇ ਵਧਾ ਸਕਦੀ ਇਸ ਚੀਜ਼ ਲਈ ਨੈਸ਼ਨਲ ਐਫਰਟ ਦੀ ਲੋੜ ਹੈ ਨਾ ਅਗਰ ਅਪਰ ਨੈਸ਼ਨਲ ਲੈਵਲ ਦੀ ਗੱਲ ਕਰਦੇ ਆ ਆਉਣ ਵਾਲੀ ਨਵੀਂ ਐਡਮਿਨਿਸਟ੍ਰੇਸ਼ਨ ਕੀ ਕਰ ਸਕਦੀ ਹੈ ਜੋ ਬਾਈਡਨ ਤੇ ਕਮਾਲਾ ਹੈਰਿਸ ਦੀ ਨਵੀਂ ਐਡਮਿਨਿਸਟ੍ਰੇਸ਼ਨ ਕਿਸ ਤਰ੍ਹਾਂ ਹੇਟ ਕਰਾਈਮਸ ਨੂੰ ਖਾਸ ਕਰਕੇ ਮਾਈਨੋਰਿਟੀ ਕਮਿਊਨਿਟੀਜ਼ ਜਿਸ ਤਰ੍ਹਾਂ ਸਾਡੀ ਕਮਿਊਨਿਟੀ ਇਸ ਵੇਲੇ ਹੈਗੀ ਤੁਸੀਂ ਤਾਂ ਇਹ ਵੀ ਕਹਿ ਸਕਦੇ ਹੋ ਸਿੱਖ ਕਮਿਊਨਿਟੀ ਮਾਈਨੋਰਿਟੀ ਵਿੱਚ ਵੀ ਮਾਈਨੋਰਿਟੀ ਹਨ ਰਾਈਟ ਤੇ ਉਹਨਾਂ ਇਹ ਨਵੀਂ ਐਡਮਿਨਿਸਟ੍ਰੇਸ਼ਨ ਕੀ ਕਰ ਸਕਦੀ ਤਾਂ ਕਿ ਇਸ ਤਰ੍ਹਾਂ ਦੇ ਹੇਟ ਕਰਾਈਮਸ ਨਾ ਕਿ ਸਿਰਫ ਰੈਕਗਨਾਈਜ਼ ਹੋਣ ਬਟ ਅਡਰੈਸ ਹੋਣ ਅੱਗੇ ਗਾਂ ਵਧ ਕੇ ਇਨਕਰੀਸ ਨਾ ਹੋਣ ਸਭ ਤੋਂ ਪਹਿਲੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਉਹਨਾਂ ਨੂੰ ਇਸ ਤਰ੍ਹਾਂ ਦੇ ਬੰਦੇ ਅਪੁਆਇੰਟ ਕਰਨੇ ਚਾਹੀਦੇ ਐ ਨਵੀਂ ਡਿਪਾਰਟਮੈਂਟ ਆਫ ਜਸਟਿਸ ਦੀ ਜੋ ਅਪੁਆਇੰਟਮੈਂਟਸ ਹੁੰਦੀ ਐ ਇਸ ਐਡਮਿਨਿਸਟ੍ਰੇਸ਼ਨ ਦੇ ਅੰਡਰ ਉਹਨਾਂ ਨੂੰ ਉਸ ਤਰ੍ਹਾਂ ਦੇ ਲੀਡਰਸ ਅਪੁਆਇੰਟ ਕਰਨੇ ਚਾਹੀਦੇ ਐ ਜਿਨ੍ਹਾਂ ਨੂੰ ਸਭ ਤੋਂ ਪਹਿਲੇ ਤਾਂ ਅਵੇਅਰਨੈਸ ਹੋਏ ਕਿ ਵੱਖਰੀ ਮਾਈਨੋਰਿਟੀ ਕਮਿਊਨਿਟੀਜ਼ ਨੂੰ ਕਿਸ ਤਰ੍ਹਾਂ हेट क्राइम्स फेस ਕਰਨੇ ਪੈਂਦੇ ਅਗਰ ਤੁਸੀਂ ਸਿੱਖ ਹੋ ਤਾਂ ਉਹਨੂੰ ਕਿਸ ਤਰ੍ਹਾਂ ਦੇ ਅਟੈਕਸ ਝੇਲਨੇ ਪੈਂਦੇ ਆ ਤੁਹਾਡੇ ਸਿੱਖੀ ਸਰੂਪ ਦੇ ਵਿੱਚ ਬੱਚੇ ਸਕੂਲ ਜਾਂਦੇ ਕਿਸ ਤਰ੍ਹਾਂ ਦੀ ਬੁਲੀਇੰਗ ਉਹਨਾਂ ਨੂੰ ਇਨਕਾਊਂਟਰ ਕਰਨੀ ਪੈਂਦੀ ਇਸ ਚੀਜ਼ ਦੀ ਜਾਣਕਾਰੀ ਹੋਣੀ ਬਹੁਤ ਇੰਪੋਰਟੈਂਟ ਹੈ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਇਸ ਚੀਜ਼ ਤੇ ਜ਼ਰੂਰ ਬਾਈਡਨ ਐਡਮਿਨਿਸਟ੍ਰੇਸ਼ਨ ਦਾ ਫੋਕਸ ਹੋਣਾ ਚਾਹੀਦਾ ਨੈਕਸਟ ਜਿਸ ਤਰ੍ਹਾਂ ਸਿਕੋਲੀਸ਼ਨ ਦੀ ਟੀਮ ਮੈਂਬਰਸਾਨੂੰ ਦੱਸ ਰਹੀ ਸੀ ਕਿ ਇੱਕ ਸਟੇਟ ਐਂਡ ਲੋਕਲ ਲੈਵਲ ਤੇ ਜੋ ਲਾਅ ਐਨਫੋਰਸਮੈਂਟ ਏਜੰਸੀਜ਼ ਹਨ ਜਿਸ ਤਰ੍ਹਾਂ ਤੁਹਾਡੇ ਪੁਲਿਸ ਡਿਪਾਰਟਮੈਂਟ ਸ਼ਰਫ ਡਿਪਾਰਟਮੈਂਟ ਇਹਨਾਂ ਦੇ ਵਿੱਚ ਟ੍ਰੇਨਿੰਗ ਦੀ ਲੋੜ ਹੈ ਕਿ ਉਹਨਾਂ ਦੇ ਜੋ ਮੈਂਬਰਸ ਹਨ ਜੋ ਛੋਟੀ ਕਮਿਊਨिटीज ਵਿੱਚ ਤੁਸੀਂ ਕਹਿ ਲਓ ਰਹਿੰਦੇ ਐ ਉਹਨਾਂ ਨੂੰ ਨਹੀਂ ਇੰਨੀ ਜ਼ਿਆਦਾ ਜਾਣਕਾਰੀ ਹੈਗੀ ਵਕ ਵਕ ਮਾਈਨੋਰਿਟੀ ਕਮਿਊਨिटीज ਬਾਰੇ ਵਕ ਵਕ ਰਿਲੀਜੀਅਸ ਬੈਕਗ੍ਰਾਉਂਡਸ ਬਾਰੇ ਉਹਨਾਂ ਨੂੰ ਇਸ ਤਰ੍ਹਾਂ ਦੀ ਟ੍ਰੇਨਿੰਗ ਦੀ ਬਹੁਤ ਹੀ ਜ਼ਿਆਦਾ ਲੋਡ ਹੈਗੀ ਤਾਂ ਕਿ ਜਿਸ ਤਰ੍ਹਾਂ ਸੀਸਰੀ ਸਾਨੂੰ ਦੱਸ ਰਹੀ ਸੀ ਕੋਈ ਅਟੈਕ ਹੁੰਦਾ ਕਿਸੇ ਦੇ ਖਿਲਾਫ ਉਹ ਆਪਣੀ ਸਟੇਟਮੈਂਟ ਦਿੰਦੇ ਹੈ ਕਿ ਮੈਨੂੰ ਅਟੈਕਰ ਨੇ ਇਹ ਇਹ ਲਵਜ਼ ਕਹੇ ਮੇਰੇ ਖਿਲਾਫ ਉਸ ਪੁਲਿਸ ਡਿਪਾਰਟਮੈਂਟ ਦੇ ਵਿੱਚ ਜੋ ਵੀ ਉਹਨਾਂ ਦਾ ਬਿਆਨ ਲਿੰਦਾ ਹੈ ਉਹਨਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਗਰ ਇਸ ਤਰ੍ਹਾਂ ਦੇ ਸ਼ਬਦ ਇਹਨਾਂ ਦੇ ਖਿਲਾਫ ਵਰਤੇ ਗਏ ਇਹਦਾ ਮਤਲਬ ਇਹਨਾਂ ਨੂੰ ਇੱਕ ਰੇਸਿਸਟ ਅਟੈਕ ਹੋਇਆ ਹੈ ਇਹਨਾਂ ਦੀ ਸਰੂਪ ਜਾਂ ਇਹਨਾਂ ਦੇ ਰਿਲੀਜੀਅਨ ਕਰਕੇ ਇਹਨਾਂ ਤੇ ਅਟੈਕ ਹੋਇਆ ਤੇ ਉਹਦੀ ਟ੍ਰੇਨਿੰਗ ਲਈ ਫੰਡਿੰਗ ਦੀ ਲੋੜ ਹੈਗੀ ਯਾਨੀ ਫੰਡਿੰਗ ਸ਼ੁਰੂ ਤਾਂ ਫੈਡਰਲ ਲੈਵਲ ਤੋਂ ਹੁੰਦੀ ਹੈ ਫਿਰ ਸਟੇਟ ਤੱਕ ਪਹੁੰਚਦੀ ਹੈ ਫਿਰ ਥੱਲੇ ਜਾ ਕੇ ਲੋਕਲ ਪੁਲਿਸ ਡਿਪਾਰਟਮੈਂਟ ਸ਼ੈਫ ਡਿਪਾਰਟਮੈਂਟਸ ਤੱਕ ਪਹੁੰਚਦੀ ਤੇ ਇਹ ਦੋ ਚੀਜ਼ਾਂ ਤਾਂ ਬਹੁਤ ਵੱਡੇ ਲੈਵਲ ਤੇ ਨੀਡਿਡ ਹਨ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੂੰ ਪ੍ਰਾਇੋਰਟੀ ਦੇਣੀ ਚਾਹੀਦੀ ਅਗਰ ਉਹ ਇਮੀਗਰੈਂਟਸ ਨੂੰ ਅਪੀਲ ਕਰਨਾ ਚਾਹੁੰਦੇ ਹਨ ਇਮੀਗਰੈਂਟਸ ਲਈ ਆਪਾਂ ਕਹਿ ਸਕਦੇ ਆ ਜੈਨੂਇਨਲੀ ਕੁਝ ਪੋਜ਼ਿਟਿਵ ਕਰਨਾ ਚਾਹੁੰਦੇ ਆ ਇਹ ਇੱਕ ਹੇਟ ਕਰਾਇਮ ਦਾ ਏਰੀਆ ਬਹੁਤ ਵੱਡਾ ਏਰੀਆ ਹੈ ਆ ਜੋ ਇਸ ਵੇਲੇ ਨੈਗਲੈਕਟ ਹੋ ਰਿਹਾ ਹੈ ਪਰ ਇਹ ਵੀ ਕਹਿ ਸਕਦੇ ਆ ਜਿੱਥੇ ਕੁਝ ਐਫਰਟਸ ਸਟੇਟ ਲੈਵਲ ਤੇ ਜਾਰੀ ਸਨ ਕੋਵਿਡ ਕਰਕੇ ਉਹਨਾਂ ਨੂੰ ਰੋਕਿਆ ਗਿਆ ਐਂਡ ਇਟਸ ਆਇਰੋਨਿਕ ਰਾਈਟ ਬਿਕੋਜ਼ ਕੋਵਿਡ ਕਰਕੇ ਹੇਟ ਕਰਾਈਮਸ ਹੋਰ ਵੀ ਇਨਕਰੀਸ ਹੋਏ ਨੇ ਏਸ਼ੀਅਨ ਅਮਰੀਕਨਸ ਦੇ ਖਿਲਾਫ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ بار بار ਇਸ ਚੀਜ਼ ਨੂੰ ਚਾਈਨਾ ਵਾਇਰਸ ਕਿਹਾ ਜਾਂ ਚਾਈਨੀਜ਼ ਵਾਇਰਸ ਕਿਹਾ ਕੰਗਫੂ ਵਾਇਰਸ ਕਿਹਾ ਆ ਉਸ ਚੀਜ਼ ਕਰਕੇ ਏਸ਼ੀਅਨ ਅਮਰੀਕਨਸ ਦੇ ਖਿਲਾਫ ਹੋਰ ਵੀ ਜਿਆਦਾ ਹੇਟ ਕਰਾਈਮਸ ਹੋਏ ਨੇ ਸੋ ਇਸ ਵੇਲੇ ਇਸ ਚੀਜ਼ ਦੀ ਹੋਰ ਵੀ ਜਿਆਦਾ ਲੋਡ ਹੈਗੀ ਵਾਂਸ ਅਗੇਨ ਇਹ ਜੋ ਨੋ ਹੇਟ ਐਕਟ ਹੈਗਾ ਕਿਸ ਤਰ੍ਹਾਂ ਇਹ ਅੱਗੇ ਵੱਧਦਾ ਹੈ ਕਿਸ ਤਰ੍ਹਾਂ ਇਸ ਚੀਜ਼ ਨੂੰ ਸਾਡੇ ਲਾਅ ਮੇਕਰਸ ਅੱਗੇ ਲੈ ਕੇ ਜਾਂਦੇ ਆ ਇਹਦੇ ਤੇ ਜ਼ਰੂਰ ਨਜ਼ਰ ਰੱਖਾਂਗੇ ਤੁਹਾਨੂੰ ਵੀ ਅਪਡੇਟਡ ਰੱਖਾਂਗੇ ਇਸ ਪ੍ਰੋਗਰਾਮ ਨੂੰ ਲੈ ਕੇ ਸਾਡੇ ਲਈ ਕੋਈ ਕੁਐਸਚਨਸ ਕਮੈਂਟਸ ਕਨਸਰਨਸ ਵੀ ਸਾਨੂੰ ਵੀ ਲਿਖ ਸਕਦੇ ਹੋ info@justbroadcasting.com ashmit@justbroadcasting.com ਹੁਣ ਮੈਨੂੰ ਦਿਓ ਇਜਾਜ਼ਤ ਸਸਵੀਕਾਰ